ਪੰਜਾਬੀ ਰੇਡੀਓ ਯੂਐਸਏ ਸੌਂ ਰਹੇ ਦੇਖ ਰਹੇ ਸਾਰੇ ਹਿੱਸੇਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮੈਰਾਜ ਕਨਵੀਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇਕਣਾ ਜੀ ਅਟਾਰਨੀ ਟੇਕਣਾ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 4082722500 US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇਟਰਕੀਨਾ 41590905 034159090503 जसपाल ਸਿੰਘ ਯੂਪਾ ਸਿਟੀ ਇਨਾ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਅਟਰਨੀ ਟਿਕਾਣਾ ਜੀ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਆਪਣੇ ਸਰੋਤਾਂ ਨੂੰ ਦੱਸਦੇ ਜਾਈਏ ਲੌਂਗ ਵੀਕਐਂਡ ਆ ਮੈਮੋਰੀਅਲ ਦੇ ਵੀਕਐਂਡ ਆ ਸੋ ਸਾਰੇ ਜਣੇ ਕਿਤੇ ਨਾ ਕਿਤੇ ਘੁੰਮਣ ਫਿਰਨ ਦੇ ਲਈ ਜਾ ਰਹੇ ਆ ਸੋ ਮਾਫੀ ਚਾਹਾਂਗੇ ਅੱਜ ਤੁਹਾਡੇ ਲਈ ਕਾਲਸ ਜਿਹੜੀਆਂ ਉਹ ਅਸੀਂ ਨਹੀਂ ਲੈ ਸਕਾਂਗੇ ਪਰ ਤੁਹਾਡੇ ਨਾਲ ਜਿਹੜੀਆਂ ਅਹਿਮ ਜਾਣਕਾਰੀਆਂ ਖਬਰਾਂ ਆ ਜੋ ਚੱਲ ਰਹੀਆਂ ਆ ਇਸ ਟਾਈਮ ਇਮੀਗ੍ਰੇਸ਼ਨ ਦੇ ਬਾਬਤ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਚਾਹਾਂਗੇ ਸੋ ਰਟਰਨ ਟੇਕਣਾ ਜੀ ਅੱਜ ਆਪਣੀ ਗੱਲਬਾਤ ਦਾ سلسلہ ਕਿਸ ਪਾਸੇ ਵੱਲ ਨੂੰ ਰਹੇਗਾ ਜੀ ਇੱਕ ਡਿਗਨਿਟੀ ਐਕਟ ਆ ਉਹਦੇ ਬਾਰੇ ਕਾਫੀ ਕਲਾਇੰਟ ਹੀ ਹੁਣ ਅੱਜਕੱਲ ਦਾ ਸ਼ੇਅਰ ਕਰ ਦਿੰਦੇ ਕਿ ਕਿਸੇ ਨੇ ਟਿਕਟੋਕ ਤੇ ਆ ਕੇ ਆ ਉਹ ਗਿਆ ਇਹਦੇ ਬਾਰੇ ਦੱਸੋ ਕੁਛ ਨਾ ਤੇ ਜਦੋਂ ਤੁਸੀਂ ਦੱਸਿਆ ਮੈਮੋਰੀਅਲ ਡੇ ਵੀਕਐਂਡ ਆ ਥੋੜਾ ਜਿਹਾ ਬਿਜ਼ੀ ਹੋਣਾ ਕੰਮ ਤੇ ਆਪਣੇ ਤਰੀਕਾ ਤੁਕਾਂ ਵੀ ਕਾਫੀ ਲੱਗੀਆਂ ਸੋ ਇਹ ਸਿਗਾ ਕਿ ਆ ਜਿਹੜਾ ਹੁਣ ਪ੍ਰੋਗਰਾਮ ਸਿਗਾ ਸਿਰਫ ਇਸ ਲਈ ਕੀਤਾ ਕਿ ਥੋੜੀ ਉਹ ਲੋਕਾਂ ਨੂੰ ਕਨਫਿਊਜ਼ਨ ਨਾ ਹੋਵੇ ਤੇ ਪ੍ਰੋਬਲਮ ਇਹ ਤਾਂ ਜਾਂਦੀ ਹੈ ਕਿ ਜਦੋਂ ਇੱਕਦਮ ਇਦਾਂ ਦੇ ਪ੍ਰੋਗਰਾਮ ਆਂਦੇ ਆ ਨਾ ਤੇ ਕਈ ਲੋਕੀ ਜਿਹੜੇ ਵਿਚਾਰੇ ਵੇਟ ਕਰਦੇ ਆ ਜਾਂ ਕੇਸ ਕੁਝ ਜਣਾਂ ਦੇ ਖਰਾਬ ਹੋਏ ਆ ਉਹ ਕਾਫੀ ਉਹਨਾਂ ਨੂੰ ਦੇਖਿਆ ਕਿ ਅਜੇ ਇੰਟਰੋਡਿਊਸ ਕਿਸੇ ਨੇ ਕੁਝ ਕੀਤਾ ਨਹੀਂ ਹੁੰਦਾ ਲੁੱਟ ਖੋ ਪਹਿਲਾਂ ਹੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਕਿ ਲਾਅ ਨੂੰ ਗਲਤ ਤਰੀਕੇ ਨਾਲ ਜਦਾਂ ਦੱਸਿਆ ਜਾ ਰਿਹਾ ਈਵਨ ਆਪਾਂ ਦੇਖਦੇ ਆ ਕਿ ਕਈ ਵਾਰੀ ਲੀਗਲ ਪ੍ਰੋਫੈਸ਼ਨਲ ਵੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਇਹ ਵਕੀਲ ਆ ਪਰ ਉਹ ਵਕੀਲ ਹੈ ਨਹੀਂਗੇ ਟਿਕਟੌਕ ਵਗੈਰਾ ਤੇ ਉਹ ਨਾ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਕਰਕੇ ਫਿਰ ਲੋਕਾਂ ਨੂੰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸ਼ਾਇਦ ਕੋਈ ਇਦਾਂ ਦਾ ਐਮਨੇਸਟੀ ਵਰਗਾ ਲਾਅ ਜਿਹੜਾ ਪਾਸ ਹੋ ਗਿਆ ਡਿਗਨਿਟੀ ਬਿੱਲ ਜਿਹੜਾ ਹੈਗਾ ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿ ਕਿੱਥੇ ਕੋ ਉਹ ਜਿਹੜਾ ਪਹੁੰਚਿਆ ਵਾ ਬਿੱਲ ਕੀ ਇਹ ਬਿੱਲ ਕਹਿੰਦਾ ਹੈਗਾ ਤੇ ਕੀ ਇਹਦੇ ਚਾਂਸ ਹੈਗੇ ਆ ਸੋ ਆਪਣਾ ਜਿਹੜਾ ਮੇਨ ਮੁੱਦਾ ਉਹ ਇਹੀ ਆ ਕਿ ਇਹਨੂੰ ਸਮਝਾ ਦਈਏ ਤੁਹਾਨੂੰ ਕਿ ਬਿੱਲ ਇਹ ਹੈ ਕੀ ਆ ਕਿਨੂੰ ਇਹ ਫਾਇਦਾ ਦੇਊਗਾ ਕਿਨੂੰ ਫਾਇਦਾ ਨਹੀਂ ਦੇਊਗਾ ਤੇ ਬੇਸਿਕਲੀ ਇਹਦੀ ਕਿੱਥੇ ਕ ਗੱਲ ਪਹੁੰਚੀ ਆ ਤੇ ਜ਼ਿਆਦਾਤਰ ਇਹ ਹੈ ਕਿ ਜਦੋਂ ਆਪਾਂ ਦੱਸਿਆ ਕਿ ਸੰਸਨੀ ਫਲਾਂ ਲਈ ਕਿ ਲੋਕਾਂ ਨੂੰ ਵਿਊ ਜ਼ਿਆਦਾ ਮਿਲ ਜਾਣ ਕਿ ਨਵੀਂ ਚੀਜ਼ ਕੋਈ ਮਾਰਕੀਟ ਚ ਆਈ ਆ ਉਹ ਕੰਮ ਬਹੁਤ ਹੁੰਦਾ ਸੋਸ਼ਲ ਮੀਡੀਆ ਤੇ ਸੋ ਇਹ ਐਪੀਸੋਡ ਕਰਨ ਦਾ ਮੇਨ ਮਕਸਦ ਇਹੀ ਹੈ ਕਿ ਉਹ ਜਿਹੜੀ ਲੋਕਾਂ ਨੂੰ ਉਹ ਗਲੈਟੀ ਮਿਲ ਜਵੇ ਜੀ ਜੀ ਬਿਲਕੁਲ ਤੇ ਜੇ ਤੁਸੀਂ ਸਟੀਕ ਸਹੀ ਜਾਣਕਾਰੀ ਹਾਸਲ ਕਰਨੀ ਆ ਤਾਂ ਸਾਡਾ ਜਿਹੜਾ ਸ਼ਨੀਚਰਵਾਰ ਦਾ ਜਿਹੜਾ ਪ੍ਰੋਗਰਾਮ ਹੁੰਦਾ ਅਪਡੇਟ ਇਮੀਗ੍ਰੇਸ਼ਨ ਦਾ ਉਸ ਨੂੰ ਦੇਖਣਾ ਸੁਣਨਾ ਜਿਹੜਾ ਉਹ ਨਾ ਭੁੱਲਿਆ ਕਰੋ ਤਾਂ ਜੋ ਤੁਹਾਨੂੰ ਲੇਟੈਸਟ ਸਹੀ ਜਾਣਕਾਰੀ ਜਿਹੜੀ ਹੋਵੇ ਕਈ ਵਾਰੀ ਨਾ ਤੁਸੀਂ ਦੇਖਦੇ ਹੋਵੋਗੇ ਕਿ ਕਈ ਜਾਣੇ ਕਈ ਚੀਜ਼ਾਂ ਦੇ ਉੱਤੇ ਬੋਲ ਰਹੇ ਆ ਪਰ ਤੁਸੀਂ ਦੇਖਦੇ ਹੋ ਉਹ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਯਾ ਆਲਟਰਨੇਟਿਵ ਕਿਹਾਣਾ ਉਹ ਨਹੀਂ ਦੱਸਦੇ ਹੁੰਦੇ ਉਹਦਾ ਮਤਲਬ ਇਹੀ ਆ ਵੀ ਉਸ ਗੱਲ ਦੇ ਵਿੱਚ ਕੋਈ ਬਹੁਤਾ ਜ਼ੋਰ ਨਹੀਂ ਹੁੰਦਾ ਜਾਂ ਅਜੇ ਉਹ ਕੱਚੀ ਪੱਕੀ ਗੱਲ ਹੁੰਦੀ ਆ ਅਜੇ ਕੋਈ ਉਸ ਦੀ ਸਪਸ਼ਟ ਨਹੀਂ ਹੁੰਦਾ ਸੋ ਇਸੇ ਲਈ ਅਸੀਂ ਉਸ ਚੀਜ਼ ਨੂੰ ਅਵੋਇਡ ਕਰਦੇ ਹਾਂ ਉਹਨਾਂ ਟੌਪਿਕਸ ਨੂੰ ਜਿਹਦੇ ਬਾਰੇ ਕਲੈਰਿਟੀ ਨਾ ਹੋਵੇ ਜਿਹਦੇ ਬਾਰੇ ਜੋ ਅਸਲ ਦੇ ਵਿੱਚ ਚੱਲ ਰਿਹਾ ਆ ਜੋ ਪਰਪੋਜ਼ਡ ਆ ਜਾਂ ਜੇ ਲਾਗੂ ਹੋ ਰਿਹਾ ਆ ਆਪਾਂ ਸਿਰਫ ਉਸੇ ਚੀਜ਼ ਦੀ ਗੱਲ ਕਰਦੇ ਆ ਇਹ ਨਹੀਂ ਆ ਵੀ ਮਨਕਰਤ ਗੱਲਾਂ ਕਰੀ ਅੱਛਾ ਜੇ ਆ ਹੋ ਜੂਗਾ ਤੇ ਇਦਾਂ ਕਰ ਦਾਂਗੇ ਉਦਾਂ ਹੋ ਗਿਆ ਤੇ ਉਦਾਂ ਕਰ ਦਾਂਗੇ ਇਦਾਂ ਦੀ ਗੱਲ ਨਹੀਂ ਜੋ ਸਹੀ ਹੁੰਦਾ ਹੈ ਉਹੀ ਆਪਾਂ ਕਰਦੇ ਆ ਤੇ ਅਟੈਂਡੈਂਟ ਜੀ ਕਹਿੰਦੇ ਜੀ ਇਸ ਤੋਂ ਪਹਿਲਾਂ ਆਪਾਂ ਡਿਗਨਿਟੀ ਸਟੇਟਸ ਡਿਗਨਿਟੀ ਐਕਟ ਦੀ ਜਿਹੜੀ ਉਹ ਗੱਲ ਕਰੀਏ ਬਾਰਡਰ ਨੂੰ ਲੈ ਕੇ ਕੀ ਅਪਡੇਟ ਜਿਹੜੀ ਉਹ ਆਪਾਂ ਦੇਖ ਰਹੇ ਆ ਆਂਕੜੇ ਆਪਾਂ ਪਿਛਲੀ ਵਾਰ ਵੀ ਸ਼ੇਅਰ ਕੀਤਾ ਸੀ ਸੀਬੀਪੀ ਕਹਿੰਦੀ ਆ ਵੀ ਪਹਿਲਾਂ ਦੇ ਨਾਲੋਂ ਲੋਕ ਘਟ ਆ ਰਹੇ ਆ ACLU ਵਾਲੇ ਜਿਹੜਾ ਕੇਸ ਉਹਨਾਂ ਨੇ ਕੀਤਾ ਸੀ ਹੁਣ ਤੋਂ ਮਿਲਦਾ ਦੋ ਵੀਕ ਹੋ ਗਏ ਅਦਾਲਤ ਨੇ ਸੁਣਵਾਈ ਲਈ ਉਹ ਵਾਲੀ ਉਸ 트랜ਜ਼ਿਟ ਬੈਂਡ ਦੇ ਉਲਟ ਕੇ ਅਜੇ ਤੱਕ ਨਹੀਂ ਅਜੇ ਤਾਂ ਅਜੇ ਤਾਂ ਟਾਈਮ ਲੱਗਣਾ ਇਹਨੂੰ ਪਰ ਆંકੜੇ ਵਾਕੇ ਘਟਾ ਜਿਹੜਾ ਸੀਗਾ ਡਰਾਵਾਣਾ ਜਿਆਦਾ ਦਿੱਤਾ ਸੀਗਾ ਇਲੈਕਸ਼ਨਸ ਕਰਕੇ ਲੋਕਾਂ ਨੂੰ ਕਿ ਪਤਾ ਨਹੀਂ ਟਾਈਟਲ 42 ਹਟਣਾ ਤੇ ਇਮੀਗ੍ਰੈਂਟਾਂ ਨੇ ਨੇਰ ਪਾ ਦੇਣਾ ਆਰਮੀ ਵਾਲੇ ਵੀ ਇਹਨਾਂ ਨੇ ਭੇਜੇ 1500 ਜਣੇ ਬੰਦੂਕਾਂ ਬਤਕਾ ਦੇ ਕੇ ਤੇ ਗੱਲ ਹੋਈ ਸੀਗੀ ਕਿ ਜੇ ਆਹ ਲੋਕੀ ਪਹਿਲੀ ਗੱਲ ਤਾਂ ਮੈਕਸੀਕੋ ਚ ਜੇ ਟੈਂਟ ਲਾ ਕੇ ਬਾਰਡਰ ਤੇ ਇੰਨੀ ਦੇਰ ਦੇ ਇੰਨੇ ਮਹੀਨਿਆਂ ਦੇ ਬੈਠੇ ਆ ਸੇਫਲੀ ਤੇ ਉਹਨਾਂ ਨੇ ਉੱਥੇ ਨਹੀਂ ਕੋਈ ਹੰਲਾ ਕੀਤਾ ਉੱਥੇ ਨਹੀਂ ਲੜਮਾਰ ਕਰਕੇ ਇੱਕ ਦੂਜੇ ਨਾਲ ਕੋਈ ਨੁਕਸਾਨ ਕੀਤਾ ਤੇ ਹੁਣ ਜਦੋਂ ਉਹ ਅਮਰੀਕਾ ਆਏ ਕੋਈ ਇਦਾਂ ਥੋਣਾ ਕਿ ਇੱਕਦਮ ਹੀ ਉਹਨਾਂ ਨੇ ਕਹਿਣਾ ਕਿ ਚੱਲ ਹੁਣ ਆਪਾਂ ਅਮਰੀਕਾ ਆ ਗਏ ਜਿੱਥੇ ਆਪਾਂ ਆਣਾ ਚਾਹੁੰਦੇ ਸੀਗੇ ਤੇ ਹੁਣ ਆਪਾਂ ਇੰਨੀ ਦੇਰ ਤੋਂ ਲੜੇ ਨਹੀਂ ਤੇ ਆ ਕੇ ਆਪਾਂ ਇੱਥੇ ਕੰਮ ਖਰਾਬ ਕਰਨਾ ਸ਼ੁਰੂ ਕਰ ਦਈਏ ਸੋ ਇਦਾਂ ਥੋਣਾ ਹੁਣ ਆਹਨ ਲੋਕੀ ਆਪਣੇ ਗੈਸਲਮ ਨੂੰ ਆਪਣੇ ਕਮਾਗਰਾਂ ਨੂੰ ਹੋਰ ਚ ਉਹ ਇੱਕ ਜਿਹਦਾ ਬਾਈਡਨ ਹੋਣਾ ਹੁੰਦੇ ਵੀ ਨਾਲੇ ਕਹਿੰਦੇ ਕਿ ਸੀ ਹਿਮੈਨਿਟਰੀਅਨ ਇਮੇਜ ਪ੍ਰੇਜ਼ੈਂਟ ਕਰਨੀ ਐ ਇੱਦਾਂ ਕਰਨਾ ਤੇ ਉਹਨੂੰ ਕੋਈ ਪੁੱਛੇਗਾ ਯਾਰ ਤੂੰ ਜੇ ਹਿਮੈਨਿਟਰੀਅਨ ਇਮੇਜ ਪ੍ਰੇਜ਼ੈਂਟ ਕਰਨੀ ਆ ਫਿਰ ਤੂੰ ਬੰਦੂਕ ਲੈ ਕੇ ਆਰਮੀ ਉਰਮੀ ਕਰ ਲਈ ਉੱਥੇ ਲਾਂਬਿਆ ਪਹਿਲੀ ਗੱਲ ਤਾਂ ਜਿਹੜਾ ਡਰੱਗ ਵਾਲੇ ਆ ਮਾਫੀਆ ਮੂਫੀਆ ਗਵਰਨਣੇ ਕਿਹੜਾ ਬਾਰਡਰ ਥਾਣੀ ਆਣਾ ਉਹਨਾਂ ਨੂੰ ਕਿਹੜਾ ਕੋਈ ਰੋਕ ਸਕਦਾ ਉਹ ਤਾਂ ਉਦਾਂ ਹੀ ਜਿਹੜੇ ਲੋਕਾਂ ਨੂੰ ਆਪਸ ਤੇ ਉਹ ਥੋੜਾ ਜਿਹਾ ਦਿਖਾਵਾ ਜਿਹੜਾ ਕਹ ਲੋ ਇਲੈਕਸ਼ਨ ਦੇ ਟਾਈਮ ਤੇ ਦੋਨੋਂ ਪਾਰਟੀਆਂ ਜਿਹੜੀਆਂ ਕਰਦੀਆਂ ਹੁਣ ਜੇ ਤੁਸੀਂ ਸਾਨੂੰ ਸੁਣਦੇ ਆ ਤਾਂ ਇਦਾਂ ਕੀ ਕੋਈ ਇਦਾਂ ਨਹੀਂ ਕਿ ਆਪਾਂ ਡੈਮੋਕ੍ਰੇਟਸ ਦੀ ਫੇਵਰ ਕਰਨੀ ਆ ਰਿਪਬਲਿਕਨ ਦੀ ਫੇਵਰ ਕਰਨੀ ਆ ਤੁਹਾਨੂੰ ਇਦਾਂ ਕੀ ਪ੍ਰੋਗਰਾਮ ਆ ਜਿਹੜਾ ਹੁਣ ਇਲੈਕਸ਼ਨ ਸਾਈਕਲ ਆ ਪਹਿਲਾਂ ਟਰੰਪ ਸੀਗਾ ਉਹਦੀ ਜਦੋਂ ਆਪਾਂ ਰੇਡੀਓ ਤੋਂ ਸ਼ੋਅ ਸ਼ੁਰੂ ਕੀਤਾ ਉਦੋਂ ਆਪਾਂ ਟਰੰਪ ਦੀ ਪਾਲਿਸੀਆਂ ਦੱਸਦੇ ਸੀਗੇ ਕਿ ਕੀ ਇਹ ਕਹਿੰਦਾ ਵਾ ਤੇ ਬਾਈਡਨ ਕੀ ਕਹਿੰਦਾ ਸੀ ਕਿ ਇਹ ਗਲਤ ਆ ਇਹਨੂੰ ਚੇਂਜ ਕਰਨਾ ਚਾਹੀਦਾ ਫੇਰ ਆਪਾਂ ਬਾਈਡਨ ਦੇ ਹੁਣ ਮਗਰੋਂ ਹੈ ਕਿ ਉਹਨੇ ਕੀ ਕਿਹਾ ਤੇ ਹੁਣ ਇਲੈਕਸ਼ਨ ਦਾ ਟਾਈਮ ਆ ਰਿਹਾ ਹੁਣ ਹੁਣ ਇਦਾਂ ਜਦੋਂ ਆ ਇਲੈਕਸ਼ਨ ਮੁੱਕਣੀ ਆ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਣਾ ਕਿ ਕਿੰਨੀ ਤੇ ਕਿੰਨੀ ਕਿੰਨਾਂ ਨੇ ਪਾਸ ਕਰਨੀਆਂ ਇਹਨਾਂ ਦਾ ਉਹ ਹਿਸਾਬ ਕਿਤਾਬਾ ਜੇ 100% ਵੀ ਮжоਰਿਟੀ ਚ ਆਏ ਨਾ ਡੈਮੋਕ੍ਰੇਟ ਜਿੱਦਾਂ ਬਾਮੇ ਹੁਣੀ ਆਏ ਸੀਗੇ ਤੇ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਕਿ ਤੁਸੀਂ ਬਿੱਲ ਪਾਸ ਕਰ ਦਿਓ ਅਨਡਾਕੂਮੈਂਟਡ ਦਾ ਇਹਨਾਂ ਨੇ ਕੋਈ ਨਾ ਕੋਈ ਬੰਨ੍ਹਾ ਲਾ ਦੇਣਾ ਕਿ ਨਹੀਂ ਸਾਨੂੰ ਸਾਰੇ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਇਦਾਂ ਉਦਾਂ ਇਹੋ ਹਨ ਤੇ ਹੁਣ ਉਹੀ ਬੇਸਿਕਲੀ ਟਾਈਮ ਆ ਗਿਆ ਇਲੈਕਸ਼ਨਸ ਦਾ ਬਿੱਲ ਤੇ ਬਿੱਲ ਇਹਨਾਂ ਨੇ ਨਵਾਂ ਪੇਸ਼ ਕਰਨਾ ਵਾ ਤੇ ਟਿਕਟੌਕ ਦੇ ਬੈਠੀ ਜਨਤਾ ਉਹਨਾਂ ਨੇ ਸੰਸਨੀ ਬਣਾ ਲਈ ਆਪਣੀ ਆਡੀਅנס ਬਣਾ ਲਈ ਉਹਨਾਂ ਨੇ ਉਹੀ ਬਿੱਲ ਪੜਨਾ ਕਿ ਆ ਆ ਗਿਆ ਉਹ ਆ ਗਿਆ ਜਨਤਾ ਵੀ ਉਹਨਾਂ ਨੂੰ ਸੁਣ ਕੇ ਥੋੜਾ ਜਿਹਾ ਮਜ਼ਾ ਲੈਣਾ ਚਾਹਦੀ ਕਿ ਦੇਖੀਏ ਕਿ ਕੀ ਨਵੀਂ ਚੀਜ਼ ਆਈ ਆ ਨਵੀਂ ਚੀਜ਼ ਦਾ ਮਤਲਬ ਇਹ ਹੈ ਕਿ ਜਦੋਂ ਬਿੱਲ ਪਾਸ ਹੋ ਗਿਆ ਉਹਨੂੰ ਨਵੀਂ ਚੀਜ਼ ਕਹਿੰਦੇ ਆ ਜਦੋਂ ਇੱਕ ਪਾਸੇ ਦੀ ਸਿਰਫ ਇੰਟਰੋਡਕਸ਼ਨ ਹੋਈ ਆ ਉਹ ਸਿਰਫ ਪੋਲਿਟਿਕਸ ਲਈ ਉਹਨਾਂ ਨੇ ਤੀਰ ਛੱਡਿਆ ਕਿ ਆ ਆ ਜਾਣਾ ਉਹ ਆ ਜਾਣਾ ਸੋ ਹੁੰਦਾ ਕੀ ਹੈ ਕਿ ਇਲੈਕਸ਼ਨ ਵਾਲੇ ਟਾਈਮ ਤੇ ਇੰਨੇ ਕ ਬਿੱਲ ਆ ਜਾਂਦੇ ਲੋਕਾਂ ਨੂੰ ਇੰਨੀ ਕੰਫਿਊਜ਼ਨ ਹੁੰਦੀ ਜਦੋਂ ਸੋਚਦੇ ਕਿ ਆ ਵਕੀਲ ਆ ਗਈ ਇਹਨਾਂ ਦਾ ਦੂਜਾ ਵਕੀਲ ਉਹ ਕਹੀ ਜਾਂਦਾ ਸੋ ਜਨਤਾ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਬਿੱਲ ਪਾਸ ਹੋਇਆ ਕਿਹੜਾ ਬਿੱਲ ਆਵਾ ਤੇ ਪਿਛਲੀ ਵਾਰੀ ਜਿੱਦਾਂ ਸੀਗਾ ਐਗਰੀਕਲਚਰ ਵਾਲਾ ਜਦੋਂ ਸੀਗਾ ਇਹ ਕਹਿੰਦੇ ਸੀਗੇ ਕਿ ਆਪਾਂ ਕਰਨਾ ਵਾ ਤੇ ਉਹਦੇ ਵਿੱਚ ਸਾਨੂੰ ਲੋਕਾਂ ਨੇ ਆ ਕੇ ਕਿਹਾ ਕਿ ਜਿਹਨਾਂ ਨੂੰ ਡਿਪੋਰਟ ਕਰਤਾ ਸੀਗਾ ਵਕੀਲ ਸਾਹਿਬ ਇੱਕ ਇੰਡੀਆ ਦੇ ਜਿਹੜੇ ਬੰਦੇ ਡਿਪੋਰਟ ਸੀਗੇ ਉਹਨਾਂ ਕੋ ਪੈਸੇ ਲੈ ਲੈ ਕੇ ਭਾਈ ਤਾਂ ਬਿੱਲ ਪਾਸ ਹੋ ਗਿਆ ਉਹਨਾਂ ਨੇ ਜਿਹੜੇ ਡਿਪੋਰਟ ਕੀਤੇ ਆ ਉਹ ਬੰਦੇ ਵਾਪਸ ਵਗਾ ਲੈਣੇ ਜੱਤਾ ਵੀ ਇੰਦਾ ਵੀ ਉਹਨਾਂ ਨੇ ਪੈਸੇ ਦੇ ਵੀ ਦਿੱਤੇ ਕਿ ਉਹਨੂੰ ਆ ਗਿਆ ਕਿ ਰਾਤੋ ਰਾਤ ਧੋਨਾਂ ਵੇ ਇਦਾਂ ਪਾਸ ਹੋਣਾ ਉਹਨਾਂ ਨੂੰ ਕੀ ਲੋੜ ਪਈ ਆ ਜਿਹੜੇ ਡਿਪੋਰਟ ਕੀਤੇ ਹੋਏ ਬੰਦੇ ਇੰਡੀਆ ਤੋਂ ਮੰਗਾਣੇ ਆ ਹਨਾ ਉਹ ਤਾਂ ਇੱਥੇ ਵਾਲਿਆਂ ਨੂੰ ਕੱਢਣ ਨੂੰ ਫਿਰਦੇ ਆ ਜਿਹਨਾਂ ਨੇ ਇੱਥੇ ਜੱਜ ਨੂੰ ਕਹਿਦਾ ਕਿ ਭਾਈ ਇਹਦੀ ਸੁਣ ਲਾ ਤਰੀਕ ਉਹ ਕਹਿੰਦਾ ਨਹੀਂ ਮੈਂ ਡਿਸਮਿਸ ਕਰ ਦੇਣਾ ਸੋ ਇਦਾਂ ਨਹੀਂ ਕਿ ਬਿੱਲ ਪਾਸ ਹੋ ਗਿਆ ਰਾਤੋ ਰਾਤ ਕੁਝ ਚੇਂਜ ਹੋ ਰਿਹਾ ਹੈ ਨਾ ਜਿਹੜਾ ਸਿਸਟਮ ਹੈ ਓਵਰ ਆਲ ਉਹ ਉਦਾਂ ਦਾ ਉਦਾਂ ਹੀ ਰਹਿਣਾ ਵਾ ਜੀ ਬਿਲਕੁਲ ਤੇ ਜੀ ਸੋ ਹੁਣ ਕਰੀਏ ਹੁਣ ਬਿੱਲ ਹਾਂ ਜੀ ਡਿਗਨਿਟੀ ਡਿਗਨਿਟੀ ਐਕਟ ਦੇ ਉੱਤੇ ਆਪਾਂ ਜੇ ਆਈਏ ਇਹ ਕਹਿੰਦੇ ਵੀ ਅਚਨਚੇਤੇ ਬਾਈਪਾਰਟਿਜ਼ਨ ਬਿੱਲ ਇੰਟਰੋਡਿਊਸ ਹੋ ਗਿਆ ਦੋਨੋਂ ਹੀ ਪਾਰਟੀਆਂ ਨੂੰ ਪਤਾ ਨਹੀਂ ਲੱਗਾ ਇਹ ਕਿੱਧਰੋਂ ਆ ਗਿਆ ਦੋ ਜਾਣੀਆਂ ਜਿਨ੍ਹਾਂ ਨੇ ਬਿੱਲ ਇੰਟਰੋਡਿਊਸ ਕੀਤਾ ਕੀ ਹੈ ਇਸ ਬਿੱਲ ਦੇ ਵਿੱਚ ਏ ਦਾ ਜੀ ਸਾਨੂੰ ਵੀ ਕਲੈਂਟ ਨੇ ਦੱਸਿਆ ਦੇ ਤੇਰੇ ਦੀ ਲਿੰਕ ਤੇ ਲਿੰਕ ਫਲਾਨੀ ਵਕੀਲ ਬੋਲਦੀ ਪਈ ਫਲਾਨਾ ਵਕੀਲ ਬੋਲਦਾ ਪਿਆ ਮੈਂ ਕਿਹਾ ਭਰਾਵਾ ਇਹ ਰਾਤੋ ਰਾਤ ਕੀ ਕਰਤਾ ਹੁਣ ਇਹਦਾ ਜੱਜ ਕੋਲੇ ਜਾ ਕੇ ਆਏ ਹੁਣ 4 ਵਜੇ ਤੋਂ ਬਾਅਦ ਰਾਤ ਨੂੰ ਕੀ ਚੇਂਜ ਹੋ ਗਿਆ ਤੇ ਜਨਤਾ ਵੀ ਚੱਲ ਵੀ ਤੱਕ ਦਿੰਦੀ ਅੱਗੇ ਕੀ ਪਤਾ ਨਹੀਂ ਕਿਹੜਾ ਡਿਗਨਿਟੀ ਦਾ ਹੁਣ ਮਤਲਬ ਕੀ ਹੈਗਾ ਕਿ ਇੱਜ਼ਤ ਕੀ ਤੁਸੀਂ ਕੀ ਕਹਿੰਦੇ ਡਿਗਨਿਟੀ ਨੂੰ ਪੰਜਾਬੀ ਚ ਕਿਦਾਂ ਟ੍ਰਾਂਸਲੇਟ ਹੁੰਦਾ ਵਾ ਭਲਾ ਡਿਗਨਿਟੀ ਹਾਂ ਇੱਜ਼ਤ ਹੀ ਆ ਵੀ ਲੋਕਾਂ ਦਾ ਸਨਮਾਨ ਕਰਨਾ ਇੱਜ਼ਤ ਦੇਖਣੀ ਹੈ ਡਿਗਨਿਟੀ ਐਕਟ ਇਮੀਗ੍ਰੈਂਟਾਂ ਦੇ ਲਈ ਡਿਗਨਿਟੀ ਪਹਿਲੀ ਗੱਲ ਤਾਂ ਐਦਾਂ ਆਪਾਂ ਕਿਹੜਾ ਸਮੇਂ ਦੇਾਂਗੇ ਸਾਡੀ ਇੱਜ਼ਤ ਕਿਸੇ ਨਾਲੋਂ ਘੱਟ ਹੂੰ ਠੀਕ ਆ ਸਾਨੂੰ ਕਿਹੜਾ ਕੋਈ ਡਿਗਨਿਟੀ ਐਕਟ ਉਕਟ ਦੀ ਲੋੜ ਹੈ ਨਾ ਮੈਂ ਕਿਹਾ ਸਿੱਧੇ ਤੁਸੀਂ ਸੈਲਮ ਦਾ ਕੇਸ ਸੁਣੋ ਤਰੀਕਾ ਛੇਤੀ ਦਿਓ ਆਪਾਂ ਆਪਣੇ ਘਰ ਨੂੰ ਤੁਸੀਂ ਆਪਣੇ ਘਰ ਨੂੰ ਗੱਲ ਖਤਮ ਸਾਰੇ ਖੁਸ਼ ਸਾਰੇ ਖੁਸ਼ ਸੋ ਮਰੀਆ ਸੈਲਜ਼ਰ ਹੁਣ ਤੁਸੀਂ ਆਪ ਦੇਖ ਲਓ ਕਿਹੜੀ ethnicities ਦੇ ਲੋਕ ਆ ਮਰੀਆ ਸਲਜ਼ਰ ਇਹ ਹੈਗੀ ਰਿਪ ਰਿਪਰੈਜ਼ੈਂਟੇਟਿਵ ਫਲੋਰੀਡਾ ਦੀ ਹਾਂਜੀ ਰਿਪਬਲਿਕਨ ਤੇ ਵਰੋਨਿਕਾ ਐਸਕੋਬਰ ਸੇਮ ethnicities ਦੇਖ ਲਓ ਤੁਸੀਂ ਇਹ ਹੈਗੀ ਡੈਮੋਕ੍ਰੇਟ ਟੈਕਸਸ ਦੀ ਜੀ ਸੋ ਰਿਪਬਲਿਕਨ ਤੇ ਡੈਮੋਕ੍ਰੇਟ ਜੁੜ ਗਏ ਆ ਕਿਹੜੇ ਵਾਲੇ ਜੁੜੇ ਆ ਹੁਣ ਇਹਨਾਂ ਦਾ ਕੀ ਇਹਨਾਂ ਦਾ ਪਹਿਲੀ ਗੱਲ ਤਾਂ ਇਮੀਗ੍ਰੇਸ਼ਨ ਕਨੈਕਸ਼ਨ ਹੈਗਾ ਕੀ ਇਹਨਾਂ ਨੂੰ ਇਮੀਗ੍ਰੈਂਟ ਵੋਟਾਂ ਚਾਹੀਦੀਆਂ ਉਹ ਤੁਸੀਂ ਫੈਸਲਾ ਆਪ ਕਰ ਲਓ ਲਾਸਟ ਨੇਮ ਤੁਹਾਡੇ ਮੂਰੇ ਆ ਕਿਹੜੀ ਆਡੀਅנס ਨੂੰ ਟਾਰਗੇਟ ਕਰ ਰਹੇ ਆ ਇਮੀਗ੍ਰੈਂਟ ਆਡੀਅנס ਨੂੰ ਟਾਰਗੇਟ ਕਰ ਰਹੇ ਆ ਉਹ ਤੁਹਾਡੇ ਮੂਰੇ ਆ ਦੋ ਜਣਿਆਂ ਨੇ ਇਹ ਰਲ ਕੇ ਬਿੱਲ ਪਾਸ ਕੀਤਾ ਕੋਈ ਇਦਾਂ ਨਹੀਂ ਕਿ ਸਾਰੀ ਸੈਨੇਟ ਤੇ ਹਾਊਸ ਨੇ ਮਿਲ ਕੇ ਰਲ ਕੇ ਪ੍ਰਸਤਾਵ ਬਣਾਇਆ ਆਇਆ ਹੋਇਆ ਦੋ ਜਣੇ ਤਾਂ ਕੀ ਉਹਦਾ ਇਦਾਂ ਕਿ ਜੇ 400 ਜਣੇ ਜਮਾਦ ਚਾ ਮੈਂ ਤਾਂ ਰਾਜਕਰਨ ਕਹਿਣਗੇ ਇਦਾਂ ਲੋਕਾਂ ਦੇ ਬਾਰੇ ਇਦਾਂ ਕਰਨਾ ਪਰ ਰਲ ਜੰਨੇ ਆਪਸ ਵਿੱਚ ਸਾਡੇ ਆਪਸ ਚ ਰਲਣਾ ਕੀ ਹੁੰਦਾ ਜਿਹੜਾ ਬਾਕੀ ਦੀ ਪੋਲਿਟਿਕਸ ਤਾਂ ਉੱਥੇ ਦੀ ਉੱਥੇ ਆ ਹਰੇਕ ਬੰਦੇ ਨੇ ਆਪਣੀ ਵੋਟ ਜਿਹੜੀ ਉਹ ਦੇਖਣੀ ਆ ਰਾਈਟ ਜੀ ਸੋ ਇਹਨਾਂ ਦਾ ਕੀ ਹੁੰਦਾ ਕਿ ਇਹਨਾਂ ਨੇ ਜਿੱਤਨੀਆਂ ਇਲੈਕਸ਼ਨ ਤੇ ਇਹਨਾਂ ਨੇ ਆਪਣੀ ਇਲੈਕਸ਼ਨ ਜਿੱਤਣ ਲਈ ਕੀ ਹੈਗਾ ਕਿ ਇਹ ਕਹਿਣਾ ਜਾਂਦੇ ਕਿ ਆਪਾਂ ਇਦਾਂ ਕੀਤਾ ਸੀ ਹੁਣ ਕੀ ਹੁੰਦਾ ਕਿ ਜਦੋਂ ਹੁਣ 트럼ਪ ਨੇ ਕਿਹਾ ਸੀ ਕਹਿੰਦਾ ਨੋ ਪਬਲਿਸਿਟੀ ਇਜ਼ ਅ ਬੈਡ ਪਬਲਿਸਿਟੀ ਹੈ ਨਾ ਕਿ ਮਤਲਬ ਕਿ ਜਿੱਦਾਂ ਦੀ ਮਰਜ਼ੀ ਪਬਲਿਸਿਟੀ ਹੋਵੇ ਜੇ ਲੋਕੀ ਬਾਈਡਨ 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 ਕਰਦੇ ਰਹਿਣ ਬਾਈਡਨ ਮਾੜਾ ਬਾਈਡਨ ਮਾੜਾ ਜਿਨੀਤਰੀ ਜਿਨੀਵਰੀ ਉਹਦਾ ਨਾਮ ਜਿਆਦਾ ਤੋਂ ਜਿਆਦਾ ਲਿਆ ਜਾਊਗਾ ਇਹਨਾਂ ਦੇ ਆંકੜੇ ਆ ਕਿ ਲੋਕਾਂ ਦੇ ਦਿਮਾਗ 'ਚੋਂ ਰਹੂਗਾ ਕਿ ਬਾਈਡਨ ਨਾਮ ਦਾ ਕੋਈ ਬੰਦਾ ਹੈਗਾ 트럼ਪ ਨਾਮ ਦਾ ਕੋਈ ਜਿਹੜਾ ਬੰਦਾ ਉਹ ਹੈਗਾ ਸੋ ਪਬਲਿਸਿਟੀ ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ ਜਿਹੜੇ ਮਰਜ਼ੀ ਮੀਡੀਅਮ ਤੋਂ ਆਈ ਹੋਵੇ ਉਹ ਤੁਹਾਡੇ ਲਈ ਗੁੱਡ ਪਬਲਿਸਿਟੀ ਆ ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੂੰ ਵੀ ਪ ਇਹਨਾਂ ਨੇ ਇਹ ਬਿੱਲ ਜਿਹੜਾ ਉਹ ਪੇਸ਼ ਕੀਤਾ ਜਿਹੜੇ ਅੱਗੇ ਉਹਨੂੰ ਸ਼ੇਅਰ ਕਰਨ ਵਾਲੇ ਆ ਉੱਤੇ ਸੈਗਮੈਂਟ ਬਣਾਉਣ ਵਾਲੇ ਉਹਨਾਂ ਨੇ ਵੀ ਕਿ ਐਦਾਂ ਹੋ ਜਾਣਾ ਉਦਾਂ ਜਾਣਾ ਤੇ ਕਹਦੇ ਕਹਾਂਦੇ ਵਕੀਲ ਵੀ ਸੈਗਮੈਂਟ ਬਣਾ ਦਿੰਦੇ ਆ ਉਹਨਾਂ ਨੂੰ ਵੀ ਪਤਾ ਕਿ ਕੋਈ ਚਾਂਸ ਨਹੀਂ ਹੈਗਾ ਦਾ ਤੇ ਉਹ ਵੀ ਸਿਰਫ ਸਨਸਨੀ ਆਪਣੇ ਵੱਲ ਅਟੈਨਸ਼ਨ ਲਾਣ ਲਈ ਸਾਰਾ ਕਿ ਲੋਕੀ ਟੈਂਪਰੇਰੀ ਉਹਨਾਂ ਨੂੰ ਨਿਊਜ਼ ਕੋਈ ਰੈਲੇਵੈਂਸ ਬਣੀ ਰਵੇ ਕਿ ਜਿੱਦਾਂ ਫੌਕਸ ਨਿਊਜ਼ ਜਾਂ ਨਾ ਨਿਊਜ਼ ਕਰਦੇ ਕੀ ਥੋੜੀ ਬੌਮਸ਼ੈਲ ਆਈਟਮ ਜੀ ਹੋਵੇ ਪੜਕਿਲੀ ਜੀ ਟੈਗਲਾਈਨ ਹੋਵੇ ਉਹ ਚੀਜ਼ ਜਿਹੜੀ ਜ਼ਿਆਦਾ ਹੁਣ ਹੋ ਰਹੀ ਆ ਤੇ ਇਹ ਜਿਹੜਾ ਬਿੱਲ ਆ ਬੇਸਿਕਲੀ ਇਹਦੀ ਕਨਕਲੂਜਨ ਕੀ ਹੈ ਕਿ ਇਹ ਦੋ ਜਣਿਆਂ ਨੇ ਇੱਕ ਡੈਮੋਕ੍ਰੇਟ ਤੇ ਇੱਕ ਰਿਪਬਲਿਕਨ ਨੇ ਆਪਸ ਵਿੱਚ ਡਿਸਾਈਡ ਕੀਤਾ ਕਿ ਆਪਾਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਜਿਹੜੇ ਬਿੱਲ ਇਹ ਜਿਹੜੇ ਪੇਸ਼ ਕਰੀਏ ਨਾਮ ਇਹਦਾ ਬੜਾ ਸੋਚ ਸਮਝ ਕੇ ਜਿਹੜਾ ਡਿਗਨਿਟੀ ਐਕਟ ਰੱਖਿਆ ਹੂੰ 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 ਇਹ ਐਕਚੁਅਲੀ ਹੁਣ ਤੁਹਾਨੂੰ ਦੱਸਿਆ ਕਿ ਜਿਹੜਾ ਇਹ ਐਕਟ ਨਾ ਇਹ ਕੋਈ ਨਵਾਂ ਨਹੀਂ ਹੈਗਾ ਇਹ ਕੋਈ ਨਵਾਂ ਬੰਬ ਨਹੀਂ ਛੁੱਟਿਆ ਇਹਦੀ ਤੁਸੀਂ ਹਿਸਟਰੀ ਦੇਖੋ ਜਿਹੜੀ ਇਹ ਮਰੀਆ ਸਰਲ ਜ਼ਾਰਾ ਇਹਨੇ 2000 21 ਦੇ ਵਿੱਚ ਵੀ ਜਦੋਂ ਕਾਂਗਰਸ ਚੋਂ ਦਾ ਪਹਿਲਾ ਹੀ ਸਾਲ ਸੀਗਾ ਆਈ ਸੀਗੀ ਉਦੋਂ ਵੀ ਇਹਨੇ ਜਿਹੜਾ 2021 ਦੇ ਵਿੱਚ ਵੀ ਡਿਗਨਿਟੀ ਐਕਟ ਜਿਹੜਾ ਸੀਗਾ ਪਾਸ ਕੀਤਾ ਹੈਗਾ ਸੀਗਾ ਹੂੰ ਉਦੋਂ ਤੱਕ ਕਿਸੇ ਨੇ ਡਿਸਕਸ਼ਨ ਕੀਤੀ ਨਹੀਂ ਕਿ ਕੀ ਹੋਇਆ ਕਿੱਦਾਂ ਹੋਇਆ ਹੁਣ ਹੁਣ ਮੈਂ ਕਹਿਆ ਜਿਹੜੀ ਚੀਜ਼ ਪੁਰਾਣੀ ਆ ਉਹਨੂੰ ਦੁਬਾਰਾ ਰਿਵਾਈਵ ਕੀਤਾ ਗਿਆ ਹੁਣ ਇੱਕਦਮ ਹੀ ਕਿੱਥੋਂ ਪਹਿਲੀ ਗੱਲ ਤਾਂ ਇਹ ਆ ਗਿਆ ਇਲੈਕਸ਼ਨ ਦਾ ਟਾਈਮ ਆ ਸੋ ਟਾਈਮ ਉਹੀ ਆ ਗਿਆ ਕਿ ਹਰੇਕ ਬੰਦਾ ਆਪਣੀਆਂ ਆਪਣੀਆਂ ਰੋਟੀਆਂ ਸਿੱਖੂਗਾ ਤਾਂ ਇਹ ਜਿਹੜਾ ਹੁਣ ਨਾ ਸੁਣਨਾ ਪੂਰਾ ਕੀ ਚੀਜ਼ ਹੈਗੀ ਆ ਉਸ ਤੋਂ ਬਾਅਦ ਕਈ ਵਾਰੀ ਕਿਹਾ ਕੀ ਆਪਾਂ ਜਦੋਂ ਹੁਣ ਆਹ ਕੀਤਾ ਨਾ ਸਾਡੇ ਨਾਲ ਫੇਰ ਦੁਬਾਰਾ ਕੰਸਲਟੇਸ਼ਨ ਬਣਾ ਦਿੰਦੇ ਆ ਕਿ ਨਹੀਂ ਮੈਨੂੰ ਦੱਸੋਗੇ ਸ਼ਾਇਦ ਕੁਝ ਰੇਡੀਓ 'ਚ ਤੁਸੀਂ ਦੱਸਿਆ ਨਹੀਂ ਕੋਈ ਨਾ ਕੋਈ ਸ਼ਾਰਟਕਟ ਹੋਵੇ ਮੇਲੇ ਕੋਈ ਸ਼ਾਰਟਕਟ ਨਹੀਂ ਆ ਕੁਝ ਨਵਾਂ ਨਹੀਂ ਹੋਇਆ ਇਹ ਬਿੱਲ ਇਹ ਕਹਿੰਦਾ ਇੰਟਰੋਡਿਊਸ ਹੋਇਆ ਕਿ ਜੇ ਕਿਸੇ ਬੰਦੇ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਹੂੰ ਤੇ ਅਨਡਾਕੂਮੈਂਟਿਡ ਜਿਹੜਾ ਵਰਕਰ ਹੈਗਾ ਉਹਨੂੰ ਆਪਾਂ ਅਮਰੀਕਾ 'ਚ ਆਣ ਦਵਾਵਾਂਗੇ ਡਿਗਨਿਟੀ ਸਟੇਟਸ ਦੇ ਨਾਲ ਜਤ ਮਾਨ ਮਰਿਆਦੇ ਨਾਲ ਇਹਦਾ ਕਦੀ ਵੀ ਨਹੀਂ ਹੋਇਆ ਨਾ ਹੀ ਕਦੀ ਹੋਣਾ ਵਾ ੱੱਕੇ ਪੈਣੇ ਆ ਤੁਹਾਨੂੰ ਸਾਰਿਆਂ ਨੂੰ ਬਾਰਡਰ ਤੇ ਹਰ ਕਿਤੇ ਤੇ ਇਹ ਕਹਿੰਦੇ ਕਿ ਆਪਾਂ ਤੁਹਾਨੂੰ ਕਿਤੇ ਵੀ ਕੰਮ ਕਰਨ ਦੀ ਪਰਮਿਸ਼ਨ ਦਵਾਂਗੇ ਕਿਤੇ ਵੀ ਟਰੈਵਲ ਕਰਨ ਦੀ ਪਰਮਿਸ਼ਨ ਦਵਾਂਗੇ ਇਨਕਲੂਡਿੰਗ ਬਾਹਰ ਵੀ ਤੁਸੀਂ ਟਰੈਵਲ ਜਿਹੜੇ ਜਿਹੜੇ ਵੀ ਪਰਮਿਟ ਮੈਂ ਉਹ ਤਾਂ ਵਰਕ ਪਰਮਿਟ ਪਰ ਟਰੈਵਲ ਪਰਮਿਟ ਉਹਦੇ ਪਾਸ ਨਹੀਂ ਹੋ ਰਹੇ ਸੋ ਇਹ ਕਹਿੰਦੇ ਕਿ ਤੁਸੀਂ ਜਿਹੜੀ 700 ਡਾਲਰ ਫੀਸ ਆ ਉਹ ਦੇਣੀ ਆ 7 ਸਾਲਾਂ ਤੱਕ ਤੱਕੇ ਬੰਦੇ ਨੇ ਠੀਕ ਹੈ ਟੋਟਲ ਜਿੱਦਾਂ 5000 ਡਾਲਰ ਜਿਹੜਾ ਬੰਦਾ 5000 ਡਾਲਰ ਜਿਹੜੀ ਤੁਸੀਂ ਸਰਕਾਰ ਨੂੰ ਪੇ ਕਰਨਾ ਜਦੋਂ ਤੁਹਾਨੂੰ ਇਹ ਡਿਗਨਿਟੀ ਸਟੇਟਸ ਮਿਲਿਆ ਤੇ ਤੁਹਾਡੇ ਜਿਹੜੇ ਪੇਰੋਲ ਟੈਕਸਿਸ ਆ ਉਹ ਹੁਣ ਜਿੱਦਾਂ 7% ਹੋ ਗਿਆ ਨਾਰਮਲੀ ਹਨ 7-8% ਦੇ ਲਾਗੇ ਜਿਹੜੇ ਫਲੋਟ ਕਰਦੇ ਆ ਤੇ ਪੇਰੋਲ ਟੈਕਸਿਸ ਨੂੰ ਇਹ ਕਹਿੰਦੇ ਕਿ 7% ਤੋਂ ਘਟਾ ਕੇ 1.5% ਕਰ ਦਾਂਗੇ ਹਨ ਠੀਕ ਹੈ ਤੇ ਇਹਦੇ ਵਿੱਚ ਕਿਉਂਕਿ ਜਿਹੜੇ ਤੁਸੀਂ ਯੂਐਸ ਦੇ ਪ੍ਰੋਗਰਾਮਾਂ ਤੁਹਾਡੇ ਹੈਲਥ ਹੈਲਥ ਕੇਅਰ ਸਾਰੇ ਉਹ ਤੁਸੀਂ ਐਲੀਜੀਬਲ ਨਹੀਂ ਹੈਗੇ ਤਾਂ ਕਰਕੇ ਜਿਹੜਾ ਉਹਨਾਂ ਨੂੰ ਟੈਕਸ ਦਾ ਰਿਵੈਟ ਦੇ ਰਿਹਾ 7 ਤੋਂ 1.5% ਕਰ ਰਿਹਾ ਹੂੰ ਹੂੰ ਤੇ ਇੱਕ ਨੇ ਕਿ ਤੁਸੀਂ ਆਪਣੀ ਹੈਲਥ케ਅਰ ਲਈ ਆਪ ਰਿਸਪਾਂਸਿਬਲ ਹੋ ਤੁਹਾਨੂੰ ਜਿਹੜੇ ਪਬਲਿਕ ਬੈਨੀਫਿਟ ਵਗੈਰਾ ਉਹ ਕੋਈ ਨਹੀਂ ਦਿੱਤੇ ਜਾਊਗੇ ਸੋ 700 ਡਾਲਰ ਨੇ ਕਿਹਾ ਹਰ ਸਾਲ ਤੁਸੀਂ ਦੇਣਾ 7 ਸਾਲਾਂ ਲਈ ਤੇ ਉਹ ਜਿਹੜਾ ਹੈਗਾ ਤੁਹਾਨੂੰ ਫਿਰ ਸਿਟੀਜ਼ਨ ਦੇ ਵੱਲ ਪਾਥਵੇ ਉਹਦੇ ਵੱਲ ਲੈ ਜਾਊਗਾ ਹੁਣ ਇਹ ਕੀ ਕਹਿੰਦੇ ਆ ਕਿ ਇਹ ਬਿਲ ਉਹਨਾਂ ਨੇ ਆਪਣੀ ਧਾਰਨਾ ਕੱਢੀ ਆ ਕਿ ਇਹ 10 20 ਮਿਲੀਅਨ ਲੋਕੀ ਕੱਚੇ ਇੱਥੇ ਹੈਗੇ ਆ ਸਾਰੇ ਜਾਣੇ 700 700 ਡਾਲਰ ਦੇਊਗੇ ਮੰਨ ਲਓ ਜੇ ਤੁਸੀਂ 1000 ਡਾਲਰ ਦੇ ਹਿਸਾਬ ਨਾਲ ਵੀ ਆਨ ਐਵਰੇਜ ਲਓ 5000 ਡਾਲਰ ਕਹਿੰਦੇ ਟੋਟਲ ਕੋਣਾਂ ਨੂੰ ਦੇਣਾ ਪੈਣਾ ਤੇ ਇਹ ਕਹਤੇ ਕਿ ਜਿਹੜੀ ਇਹ ਪੈਸੇ ਇਕੱਠੇ ਹੋਣੇ ਬਿਲੀਅਨਸ ਆਫ ਡਾਲਰ ਇਹ ਕਹਿੰਦੇ ਇਕੱਠਾ ਹੋਣਾ ਸਾਡੇ ਕੋਲੇ ਇਦਾਂ ਕਰਕੇ ਤੇ ਇਹ ਜਿਹੜੇ ਬਿਲੀਅਨ ਆਫ ਡਾਲਰ ਆ ਇਹ ਬਾਰਡਰ ਸਕਿਉਰਿਟੀ ਤੇ ਬਾਰਡਰ ਸਕਿਉਰਿਟੀ ਤੇ ਆਪਾਂ ਲਾਣਾ ਤੇ ਜਿਹੜਾ 1.5% ਟੈਕਸ ਜਿਹੜਾ ਹੈਗਾ ਇਹ ਵਰਕਰ ਜਿਹੜੀ ਟ੍ਰੇਨਿੰਗ ਹੋਣੀ ਹੈ ਜਿਹੜੇ ਬਾਰਡਰ ਸਕਿਉਰਿਟੀ ਤੇ ਵਰਕ ਫੋਰਸ ਲੱਗਣੀ ਆ ਉਹਨਾਂ ਦੇ ਵੱਲ ਜਾਊਗਾ ਤੇ ਤਾਂ ਇਹ ਇਹਨਾਂ ਦਾ ਪ੍ਰਸਤਾਵ ਇਹ ਹੈ ਹੁਣ ਤੁਸੀਂ ਆਪ ਦੇਖੋ ਮੈਨੂੰ ਤਾਂ ਇਹਦੇ ਵਿੱਚ ਕੋਈ ਸੈਂਸ ਨਹੀਂ ਲੱਗਦੀ ਆਲੇ ਬਿਲ ਚ ਕੀ ਬਾਰਡਰ ਸਕਿਉਰਿਟੀ ਕਹਿੰਦੇ ਟਾਈਟ ਕਰ ਦੇਣੀ ਆ ਬਾਕੀ ਜਿਹੜਾ 1.5% ਲਾਣਾ ਉਹਨਾਂ ਜਿਹੜੇ EMPLOYEES ਆ WORKER ਆ ਉਹਨਾਂ ਦੀ ਟ੍ਰੇਨਿੰਗ ਹੋ ਜਾਣੀ ਆ ਤੇ ਉਹਨੇ ਕਮੈਂਟ ਆਪਣੇ ਵੱਲੋਂ ਮਾਰਿਆ ਕਿ ਇਹਦੇ ਕਰਕੇ ਅਸੀਂ ਅਮਰੀਕਨ ਪੋਪੂਲੇਸ਼ਨ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਅਨਡਾਕੂਮੈਂਟਡ ਵਰਕਰ ਆ ਉਹ ਅਮਰੀਕਨ ਲੋਕਾਂ ਤੋਂ ਖੋ ਨਹੀਂ ਰਹੇ ਸਟੀਲ ਨਹੀਂ ਕਰ ਰਹੇ ਹੈਗੇ ਉਹ ਕੰਟ੍ਰਿਬਿਊਟ ਕਰ ਰਹੇ ਹੈਗੇ ਪਹਿਲੀ ਗੱਲ ਤਾਂ ਜੇ ਕੰਟ੍ਰਿਬਿਊਟ ਕਰ ਰਹੇ ਆ ਜੇ ਸਾਰੇ ਬੰਦੇ 7% ਦੇ ਰਹੇ ਆ ਦਾ 7% ਦੇਣ ਦੋ ਇਮੀਗ੍ਰੈਂਟਾਂ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਉਹ ਤਾਂ ਤੁਹਾਡੇ ਉਹ ਤਾਂ ਤੁਹਾਨੂੰ ਕਹਿ ਨਹੀਂ ਦੇਗੀ ਸਾਨੂੰ ਸਾਡਾ ਟੈਕਸ ਘਟਾਓ ਸਾਨੂੰ 1.5% ਕਰੋ ਉਹ ਤਾਂ ਕਹਿੰਦੇ ਦੋ ਦੇ ਦੋ ਉਹ ਇਹ ਕਰੇ ਮੇਰੀ 31 ਤਰੀਕ ਦਿਓ ਸਿਸਟਮ ਨੂੰ ਉਹ ਕਰੋ ਤੇ ਇਹ ਹੁਣ ਆਪਣੇ ਪਤਾ ਨਹੀਂ ਕਿੱਧਰਲੇ ਪਾਸੇ ਨੂੰ ਕਿ ਵੈਲਫੇਅਰ ਸਟੇਟ ਵੱਲ ਨੂੰ ਕਿ 1.5% ਕਰ ਗਿਆ ਹੁਣ ਮਤਲਬ ਮੋਸਟਲੀ ਇਹਨਾਂ ਦਾ ਏਜੰਡਾ ਕੀ ਹੁੰਦਾ ਇਲੈਕਸ਼ਨ ਤੋਂ ਪਹਿਲਾਂ ਹੈ ਕਿ ਇਹਨਾਂ ਨੂੰ ਇਦਾਂ ਦਾ ਛੇ ਕਿ ਆਪਾਂ ਇਮੀਗ੍ਰੇਸ਼ਨ ਨੂੰ ਐਕਸਪੈਂਡ ਕਰ ਦੇਣਾ ਤੇ ਆਪਾਂ ਜਿਹੜੇ ਤੁਹਾਡੇ ਟੈਕਸ ਹੋ ਘਟਾ ਦੇਣੇ ਆ ਤੇ ਆਪਾਂ ਜਿਹੜੇ ਤੁਹਾਡੇ ਅ ਬੈਨੀਫਿਟਸ ਆ ਉਹ ਬਤਾ ਦੇਣੇ ਹੈ ਹਨਾ ਹੂੰ 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 ਕੈਲੀਫੋਰਨੀਆ ਚ ਜਿੱਦਾਂ ਗੱਲ ਆਈ ਸੀ ਉਹ ਕਹਿੰਦੇ ਜਿਹੜੇ ਪੁਰਾਣੇ ਸਲੇਵ ਓਨਰ ਦੇ ਡਿਸੈਂਡੈਂਟ ਹੈਗੇ ਉਹਨੂੰ ਪਤਾ ਨਹੀਂ ਕਿੰਨਾ 1.5 ਮਿਲੀਅਨ ਡਾਲਰ ਦੇਣਾ ਹੈ ਹਨਾ ਕੈਲੀਫੋਰਨੀਆ ਮੈਂ ਕਿ 1.5 ਮਿਲੀਅਨ ਡਾਲਰ ਦੇਣਾ ਬਿੱਲ ਕੌਣ ਬਿੱਲ ਕੌਣ ਦੇਊਗਾ ਬਿੱਲ ਕਹਿੰਦੇ ਜਿਹੜੇ ਲੋਕੀ ਇਹ ਬਣਾ ਰਹੇ ਆ ਉਹਨਾਂ ਦੇ ਟੈਕਸ ਇਨਕਰੀਜ਼ ਕਰੋ ਹਨਾ ਮੈਂ ਕਿ ਬਾਕੀ ਸਾਰੇ ਵੈਲਫੇਅਰ ਕਰੀ ਜਾਣ ਜਿਹੜਾ ਬਜਾਰਾ ਕੰਮਕੋਮ ਕਰਨ ਵਾਲਾ ਉਹਨੂੰ ਤੁਸੀਂ ਟੰਗ ਦੋ ਕੌਣ ਨੂੰ ਹੁਣ ਉਹਨੂੰ ਉਹਨੂੰ ਦੇਣਾ ਮੈਨੂੰ ਦੇਣਾ ਹੂੰ ਤੇ ਤੇ ਰੈ residency ਪਤਾ ਨਹੀਂ ਕਿੰਨੀ ਮੰਗੀ ਹੈ ਕਿ 6 ਮਹੀਨੇ ਕੈਲੀਫੋਰਨੀਆ ਚ ਰੈ residense ਹੋਣਾ ਚਾਹੀਦਾ ਵਾ ਜੋ ਵੀ ਉਹਨਾਂ ਦਾ ਹਿਸਾਬ-ਕਿਤਾਬ ਹੈਗਾ ਹੂੰ ਹੂੰ ਤੇ ਪਹਿਲਾਂ ਇਹਦਾ ਦੇਖ ਲੋ ਕਿੰਨੀ ਕਿ ਸਲੇਵਰੀ ਹੁੰਦੀ ਸੀਗੀ ਕਿੱਥੇ ਉਹਦੀ ਹਿਸਟਰੀ ਹੈ ਕੈਲੀਫੋਰਨੀਆ ਅਕਵਾਇਰ ਕਦੋਂ ਕੀਤਾ ਐਕਸਪੈਂਸ਼ਨ ਕਦੋਂ ਹੋਈ ਵੈਸਟਵਰਡ ਇੱਥੇ ਹੋਰ ਵੀ ਲੋਕੀ ਬਥੇਰੇ ਆ ਕੱਲੇ ਮਤਲਬ ਇੱਕ ਇੱਕ ਕਮਿਊਨਿਟੀ ethnicities ਦੇ ਲੋਕਾਂ ਨੇ ਥੋੜਾ ਕੰਮ ਕੀਤਾ ਇੱਥੇ ਚਾਈਨੀਜ਼ ਵੀ ਆਇਆ ਏਸ਼ੀਅਨ ਵੀ ਆਇਆ ਸਿੱਖ ਵੀ ਆਇਆ 100-100 ਸਾਲ ਤੋਂ ਪੁਰਾਣਾ ਇਤਿਹਾਸ ਆ ਕਿੰਨੇ ਕੇ ਪਿੱਛੇ ਜਾ ਕੇ ਤੁਸੀਂ ਮਤਲਬ ਕਿ ਪੈਸੇ ਲੋਕਾਂ ਨੂੰ ਵੰਡੋਗੇ ਰਾਈਟ ਸੋ ਹੁਣ ਇਲੈਕਸ਼ਨ ਦਾ ਟਾਈਮ ਆ ਇਦਾਂ ਦੇ ਬਹੁਤ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੁਣ ਜਦੋਂ ਤੁਸੀਂ ਕਹਿਣਾ ਕਿ 1.5 ਮਿਲੀਅਨ ਡਾਲਰ ਤੁਹਾਨੂੰ ਦੇ ਦੇਣਾ ਜਨਤਾ ਦਾ ਫਿਰ ਆਪ ਹੀ ਤੁਹਾਨੂੰ ਵੋਟ ਜਿਹੜੀ ਪਾਊਗੀ ਰਾਈਟ ਜਦੋਂ ਤੁਸੀਂ ਕਹਿਣਾ ਕਿ 5000 ਡਾਲਰ ਖਰਚ ਕੇ ਤੁਹਾਨੂੰ ਪਾਠਵੇ ਦੇ ਦੇਣਾ ਵਾ ਤੇ ਜਨਤਾ ਨੇ ਤਾਂ ਆਪ ਹੀ ਵੋਟ ਪਾਣੀ ਆ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਹੀ ਬੰਦਾ ਮੈਨੂੰ ਸੇਵ ਕਰੂਗਾ ਹਮ ਇਸੇ ਵੇਲੇ ਜਦੋਂ ਇੰਡੀਆ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਨਹੀਂ ਸੇ ਵੀ ਕਾਲਾ ਧਨ ਵਾਪਸ ਆਏਗਾ 15 ਲੱਖ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋਊਗਾ ਬਸ ਉਹ ਇਹੋ ਹੀ ਜੁਮਲਾ ਹੈ ਹੋਰ ਕੁਝ ਨਹੀਂ ਹੈ ਤੇ ਕਹਿੰਦੇ ਕਿ ਫਿਰ ਉਸ ਤੋਂ ਬਾਅਦ ਜਦੋਂ ਤੁਹਾਡਾ ਡਿਗਨਿਟੀ ਸਟੇਟਸ ਮੇਨਟੇਨ ਹੋ ਗਿਆ ਡਿਗਨਿਟੀ ਮਤਲਬ ਕਿ ਤੁਸੀਂ 700 ਡਾਲਰ ਦੇ ਦਿੱਤੇ ਹਰ ਸਾਲ ਉਹਨਾਂ ਨੂੰ 7 ਸਾਲਾਂ ਤੱਕ ਫਿਰ ਤੁਹਾਡੀ ਡਿਗਨਿਟੀ ਫਿਰ ਤੁਹਾਨੂੰ ਮਿਲਣੀ ਆ ਉਸ ਤੋਂ ਬਾਅਦ ਤੁਹਾਡਾ ਸਿਟੀਜ਼ਨਸ਼ਿਪ ਦਾ ਪ੍ਰੋਸੈਸ ਜਿਹੜਾ ਉਹ ਚੱਲੂ ਹੋ ਜਾਊਗਾ ਫਿਰ ਤੁਹਾਨੂੰ ਫਿਰ ਦੁਬਾਰਾ 5 ਸਾਲ ਲਈ ਫਿਰ ਪੈਸੇ 700 700 ਕਰਕੇ ਦੇਵੋਗੇ ਫਿਰ ਦੁਬਾਰਾ ਤੁਸੀਂ 5000 ਡਾਲਰ ਦੇਵੋਗੇ ਤੇ ਫਿਰ ਤੁਹਾਡਾ ਸਿਟੀਜ਼ਨਸ਼ਿਪ ਤੁਹਾਨੂੰ ਜਿਹੜੀ ਮਿਲ ਜਾਊਗੀ ਤੇ ਇੱਕ ਕਲੌਜ਼ ਨੇ ਰੱਖਿਆ ਕਿ ਆਪਾਂ ਇੱਕ ਦਫ਼ਤਰ ਬਣਾ ਦੇਣਾ ਉਹਨੂੰ ਆਪਾਂ ਨਾਂ ਰੱਖਣਾ ਗਵਰਨਮੈਂਟ ਅਕਾਉਂਟੇਬਿਲਟੀ ਆਫਿਸ ਇਹ ਜਿਹੜਾ ਗਵਰਨਮੈਂਟ ਪਰ ਸਿਟੀਜ਼ਨ ਤੁਹਾਨੂੰ ਦੇਣੀ ਆ ਆਪਾਂ ਉਹਦੇ ਹੀ ਆ ਜਦੋਂ ਜਿਹੜਾ ਗਵਰਨਮੈਂਟ ਅਕਾਉਂਟੇਬਿਲਟੀ ਆਫਿਸ ਉਹ ਸਾਰੇ ਜਾਣੇ ਆਪਸ ਵਿੱਚ ਸਲਾਹ ਕਰਕੇ ਇਹ ਡਿਕਲੇਅਰ ਕਰੂਗੇ ਕਿ ਜਿਹ ਉਹ 1 ਸਾਲ ਤੋਂ ਵੱਧ ਸਿਕਿਉਰ ਹੋ ਗਿਆ ਮਤਲਬ ਕਿ ਜਦੋਂ ਉਹਨਾਂ ਦਾ ਐਲਾਨ ਹੋਊਗਾ ਕਿ ਹੁਣ ਬਾਰਡਰ ਤੇ ਕੋਈ ਖਤਰਾ ਨਹੀਂ ਹੁਣ ਸਾਰਾ ਸਿਕਿਉਰ ਹੋ ਗਿਆ ਇੱਥੇ ਰੱਖ ਕੁੰਡੀ ਫਸਾ ਲਈ ਹੋ ਗਏ ਹੈ ਬਾਰਡਰ ਕਿਹੜਾ ਵਾਲਾ ਸਿਕਿਉਰ ਬਣਾਉਣਾ ਦੱਸੋ ਜਾਈਏ ਕੈਨੇਡਾ ਵਾਲਾ ਕਿਹੜੇ ਵਾਲਾ ਮੈਂ ਕਹਾਂ ਜੇ ਸਿਟੀਜ਼ਨਸ਼ਿਪ ਐਦਾਂ ਵੰਡਣ ਲੱਪੇ ਡਿਗਨਿਟੀ ਦੇ ਲੱਪੇ ਜੇ ਅੱਜ 10 ਮਿਲੀਅਨਾਂ ਕੱਲ ਨੂੰ 50 ਮਿਲੀਅਨ ਫੇਰ ਮੈਂ ਕਹਾਂ ਕੱਲ ਨੂੰ ਤਾਂ ਸਾਰਾ ਇੰਡੀਆ ਹੀ ਆ ਜਾਊਗਾ ਡਿਗਨਿਟੀ ਵਾਲਾ ਬਾਰਡਰ ਕਿਦਾਂ ਸੀ ਕਦੋਂ ਸੀ ਘੇਰ ਹੋਣਾ ਕਿਦਾਂ ਸੀ ਘੇਰ ਹੋਣਾ ਕੋਈ ਡੈਡ ਲਾਈਨ ਰੱਖੀ ਉਹਦੀ ਤੁਸੀਂ ਸਿੱਧੇ ਓਪਨ ਐਂਡਡ ਛੱਡਿਆ ਪਿਆ ਕਿ 7 ਸਾਲ ਪੈਸੇ ਦਿਓ ਕਦੋਂ ਲੋਕਾਂ ਨੇ ਪੈਸੇ ਦੇਣੇ ਸ਼ੁਰੂ ਕਰਨੇ ਆ ਕਦੋਂ ਉਹਨਾਂ ਦਾ ਉਹ ਸ਼ੁਰੂ ਹੋਣਾ ਸੋ ਇਹਨਾਂ ਦੇ ਹਿਸਾਬ ਨਾਲ ਵੀ ਜੇ ਚੱਲੀਏ 7 ਸਾਲ ਤੇ 5 ਸਾਲ 12 ਸਾਲ 12 ਸਾਲ ਦੀ ਗੇਮ ਹੋ ਗਈ ਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਜਿਹੜਾ ਗਵਰਨਮੈਂਟ ਅਕਾਉਂਟੇਬਿਲਟੀ ਆਫਿਸ ਆਊਟਸਾਈਡ ਕਰੂਗਾ ਜਦੋਂ ਸਾਨੂੰ ਦੱਸੂਗਾ ਕਿ ਹੁਣ 1 ਸਾਲ ਹੋ ਗਿਆ ਬਾਰਡਰ ਹੁਣ ਪੂਰਾ ਸਿਕਿਉਰ ਆ ਫਿਰ ਆਪਾਂ ਜਿਹੜੀ ਸਿਟੀਜ਼ਨਸ਼ਿਪ ਆ ਉਹ ਵਧਣੀ ਸ਼ ਕਈ ਜਿਹੜੇ ਇਮੀਗ੍ਰੈਂਟ ਆ ਉਹ ਬਾਰਡਰ ਨਹੀਂ ਹੈਗੇ ਆਪਣੇ ਪੈਸੇ ਆਪ ਖਰਚ ਰਹੇ ਆਪਣੀ ਹੈਲਥ케ਅਰ ਜਿਹੜੀ ਉਹ ਆਪ ਦੇ ਰਹੇ ਆ ਤੇ ਜਿਹੜੇ ਇਹ ਕਹਿੰਦੇ ਆ ਕਿ ਜਿਹੜੀ ਆਪਾਂ ਦਾ ਬਾਰਡਰ ਤੇ ਜਿਹੜੀ ਬਾਰਡਰ ਪੁਲਿਸ ਹੈਗੀ ਆ ਜਿਹੜੀ ਪੁਲਿਸ ਹੈਗੀ ਉਹਨੂੰ ਹਟਾ ਦੇਣਾ ਆਪਾਂ ਤੇ ਉਹਦੀ ਜਗ੍ਹਾ ਆਪਾਂ ਹਿਮੈਨਿਟਰੀਅਨ ਕੈਂਪਸ ਬਣਾ ਲੈਨੇ ਕੀ ਜਿਹੜੀ ਬਾਰਡਰ ਪੁਲਿਸ ਆ ਉਹਨਾਂ ਨੂੰ ਹੁਣ ਇਹ ਕਹਿ ਰਹੇ ਆ ਕਿ ਜਿਹੜੀ ਬਾਰਡਰ ਪੁਲਿਸ ਆ ਉਹ ਲੋਕਾਂ ਨਾਲ ਸਹੀ ਵਤੀਰਾ ਨਹੀਂ ਕਰਦੀ ਉਹਨਾਂ ਨੂੰ ਸਹੀ ਤਰੀਕੇ ਨਾਲ ਟਰੀਟ ਨਹੀਂ ਕਰਦੀ ਜੇ ਤਾਂ ਹੁਣ ਇੱਥੇ ਵੀ ਕੈਂਪੇਨ ਚੱਲਿਆ ਤੁਸੀਂ ਦੇਖੋਗੇ ਠੀਕ ਆ ਪੁਲਿਸ ਤਾਂ ਖਤਕਾ ਕਰਦੀ ਆ ਪਰ ਲੋਕੀ ਕਈ ਵਾਰੀ ਜ਼ਿਆਦਾ ਹੋ ਜਾਂਦੇ ਥੋੜਾ ਜਿਹਾ ਕਿ ਨਹੀਂ ਪੁਲਿਸ ਨੂੰ ਹਟਾ ਦਿਓ ਡੀਫੰਡ ਕਰ ਦਿਓ ਪੁਲਿਸ ਕੋ ਪਾਵਰਾਂ ਖੋਲੋ ਤੇ ਭਾਈ ਜਦੋਂ ਪੁਲਿਸ ਕੋ ਫੇ ਪਾਵਰਾਂ ਖੋਈਆਂ ਨਾ ਜਦੋਂ ਆ ਕੇ ਬੰਦੂਕ ਰੱਖੀ ਤੁਹਾਡੇ ਸਿਰ ਉੱਤੇ ਫੇਰ ਨਾ ਰੋਲਾ ਪਾਇਆ ਕਿ ਪੁਲਿਸ ਕਿੱਥੇ ਹੈਗੀ ਆ ਤੇ ਹੁਣ ਇਹ ਇਹਨਾਂ ਦਾ ਕੀ ਆ ਪ੍ਰਸਤਾਵ ਕੀ ਕਸਟਮਸ ਐਂਡ ਬਾਰਡਰ ਪ੍ਰੋਟਰੋ ਸੀਬੀਪੀ ਨੂੰ ਉੱਥੋਂ ਦੇ ਚੱਕ ਦੋ ਬਾਰਡਰ ਤੋਂ ਉੱਥੇ ਹਿਮੈਨਿਟੇਰੀਅਨ ਕੈਂਪਸ ਬਣਾ ਦੇਣੇ ਆ ਉੱਥੇ ਰੋਟੀ ਪਾਣੀ ਸਾਰਾ ਕੁਝ ਮਿਲਣਾ ਲੋਕਾਂ ਦੀ ਸੇਵਾ ਹੋਣੀ ਆ ਤੇ 2 ਮਹੀਨਿਆਂ ਦੇ ਅੰਦਰ 60 ਦਿਨਾਂ ਦੇ ਅੰਦਰ ਅੰਦਰ ਉੱਥੇ ਉਹਨਾਂ ਨੂੰ ਰੱਖਣਾ ਉੱਥੇ ਉਹਨਾਂ ਦੇ ਇਹ ਕਹਿੰਦੇ ਕਿ 60 ਦਿਨਾਂ ਦੇ ਅੰਦਰ ਉਹਨਾਂ ਦਾ ਸੈਲਮ ਦਾ ਜਿਹੜਾ ਫੈਸਲਾ ਹੋ ਜਾਣਾ ਤੇ ਆਰਾਮ ਨਾਲ ਚੈਦ ਦੇ ਨਾਲ ਉੱਥੇ ਰਹੂਗੇ ਇੱਜ਼ਤ ਦੇ ਨਾਲ ਫਿਰ ਵਾ ਇੱਜ਼ਤ ਬਰੀ ਕਰਕੇ ਇੱਥੇ ਘੱਲਦਿਆਂ ਕਰਨਾ ਹੈ ਇਹਨਾਂ ਦਾ ਮੇਰਾ ਵੀਰ ਆਪਣਾ ਹੋ ਮੈਂ ਕਿਹਾ ਹੋਟਲ ਵੀ ਨਹੀਂ ਚੱਲ ਸਕਦੇ ਇੰਨੇ ਵਧੇਰੇ ਜਿੰਨਾਂ ਤਾਂ ਲੋਕੀ ਪੈਸੇ ਦੇ ਕੇ ਕਰਦੇ ਉਹੱਚ ਵੀ ਲੋਕੀ ਡਿਫੈਕਟ ਕੱਢ ਦਿੰਦੇ ਕਿ ਤੁਸੀਂ ਖਾਣਾ ਟਾਈਮ ਸਰ ਨਹੀਂ ਦਿੱਤੇ ਐਦਾਂ ਨਹੀਂ ਦਿੱਤਾ ਹੁਣ ਮੈਂ ਕਿਹਾ ਇਹ ਕਿਹੜੇ ਹਿਮੈਨਿਟਰੀਅਨ ਕੈਂਪਸ ਬਣਾ ਲਏ ਆ ਨਾਲੇ ਪਹਿਲੀ ਗੱਲ ਜਦੋਂ ਬਿਨ ਫਿਰ ਤਾਂ ਮੈਂ ਕਿਹਾ ਅੱਗੋਂ ਇਹ ਵੀ ਤਾਂ ਦੇਖੋ ਨਾ ਕਿ ਲੋਕਾਂ ਨੂੰ ਕੀ ਮੈਸੇਜ ਜਾ ਰਿਹਾ ਕਿੱਦਾਂ ਜਾ ਰਿਹਾ ਹੁਣ ਬਾਰਡਰ ਇਹਨੂੰ ਅਗਰੀ ਕਿੰਨੇ ਕਰਨਾ ਪਹਿਲੀ ਗੱਲ ਇਹਨੂੰ ਅਮਰੀਕਨ ਪੋਪੂਲੇਸ਼ਨ ਨੇ ਕਦੇ ਵੀ ਨਹੀਂ ਅਗਰੀ ਕਰਨਾ ਕਿ ਜਿਹੜੀ ਸੀਵੀਪੀਆ ਨੂੰ ਡਿਫੈਂਡ ਕਰੋ ਇਹ ਪੇਪਰ ਦੇ ਵਿੱਚ ਹੀ ਵਧੀਆ ਕਿ ਬੰਦੂਕਾਂ ਹਟਾ ਲਓ ਹਟਾ ਹਟਾ ਲਓ ਜੀ ਜੀ ਤੇ ਉਹ ਤਾਂ ਹੁਣ ਮੈਂ ਕਿਹਾ 50 ਜਾਣੇ ਆਏ ਤਾਂ ਬੰਦਾ ਅੱਗੋਂ ਦੀ ਕਵੇਗੀ ਤੁਸੀਂ ਰੁਕ ਜਾ ਬਾਰਡਰ ਨਾ ਡੱਪ ਜੇ ਕੋ ਕੋ ਬੰਦੂਕ ਨਹੀਂ ਹੈਗੀ ਉਹ ਤਾਂ ਮੈਂ ਕਿਹਾ ਪਿਆ ਜਾਣੇ ਨੇ ਫਾੜ ਲੈਣਾ ਇਕੱਲੇ ਬੰਦੇ ਨੂੰ ਫਾੜ ਲੈਣਾ ਹੂੰ ਫਾੜ ਲੈਣਾ ਉੱਥੇ ਹੈਨਾ ਤੇ ਉਹਦੀ ਉਹ ਤੇ ਇਹ ਹੈ ਕਿ ਇਹ ਜਿਹੜਾ ਹੁਣ ਰੂਲ ਹੈ ਇਹ ਪਾਸ ਹੋ ਰਿਹਾ ਇਹਨੂੰ ਦੱਸਣ ਦਾ ਮਕਸਦ ਇਹ ਹੀ ਜਿਗਾ ਕਿ ਤੁਹਾਨੂੰ ਦੱਸੇ ਕਿ ਕਿੱਡਾ ਫਜ਼ੂਲ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਉੱਤੇ ਆਪਣੀ ਜਿਹੜੇ ਦਿਨ ਰਾਤ ਨਾ ਗਵਾਇਓ ਇਹਦਾ ਕੋਈ ਪਾਸ ਕੁਸ ਹੋਣ ਦਾ ਸਕੋਪ ਨਹੀਂ ਹੈਗਾ ਤੇ ਇਹ ਕਦੀ ਵੀ ਜਿਹੜਾ ਪਾਸ ਨਹੀਂ ਹੋਣਾ ਮੇਰੇ ਹਿਸਾਬ ਨਾਲ ਜੀ ਸੋ ਇਹ ਇੱਕ ਦੀ ਫੇਰ ਗੱਲਬਾਤ ਦੇ ਵਿੱਚ ਇੱਕ ਦੀ ਫੇਰ ਦੱਸਦੇ ਜਾਈਏ ਇਹ ਪ੍ਰਪੋਜ਼ਲ ਆ ਇਹ ਦੋ ਬੀਬੀਆਂ ਜਿਹੜੀਆਂ ਕਾਂਗਰਸ ਵੂਮਨ ਆ ਉਹਨਾਂ ਨੇ ਮਿਲ ਕੇ ਇੱਕ ਰਿਪਬਲਿਕਨ ਇੱਕ ਡੈਮੋਕ੍ਰੇਟਾ ਦੋਨੋਂ ਹੀ ਲਾਟੀਨਾ ਡਿਸੈਂਟ ਦੀਆਂ ਆ ਤੇ ਉਹਨਾਂ ਨੇ ਇਹ ਪ੍ਰਪੋਜ਼ ਜਿਹੜਾ ਡਿਗਨਿਟੀ ਐਕਟ ਜਿਹੜਾ ਉਹ ਪ੍ਰਪੋਜ਼ ਕੀਤਾ ਹੈ ਜਿਸ ਦੇ ਵਿੱਚ ਤਕਰੀਬਨ 12 ਸਾਲ ਦੇ ਵਿੱਚ ਤੁਸੀਂ 10000 ਡਾਲਰ দাও ਤੇ ਫਿਰ ਕਹਿੰਦੇ ਵੀ ਤੁਹਾਡੀ ਪਾਥਵੇ ਟੂ ਸਿਟੀਨਿਟੀ ਆਹੀ ਜਿਹੜੀ ਉਹ ਬਣਾਵਾਂਗੇ ਤੇ ਉਹਦਾ ਤਾਂ ਮਾੜੀ ਨਹੀਂ ਹੈ ਸੁਣਨ ਨੂੰ ਤਾਂ ਬਹੁਤ ਵਧੀਆ ਚੀਜ਼ ਜਿਹੜੀ ਉਹ ਲੱਗਦੀ ਆ ਫਿਰ ਗਵਰਨਮੈਂਟ ਅਕਾਉਂਟੇਬਿਲਟੀ ਆਫਿਸ ਜਿਹੜਾ ਆਲਰੇਡੀ ਚੱਲਦਾ ਹੈ ਉਹ ਆਖੂਗਾ हां जी साल हो गया ਹੁਣ ਬਾਰਡਰ ਆਪਣਾ ਪੂਰਾ ਸਿਕਿਉਰ ਆ ਪੁਲਿਸ ਅਸੀਂ ਉੱਥੋਂ ਚੱਕਤੀ ਆ ਉੱਥੇ ਹੋਸਟਲ ਆਪਾਂ ਬਣਾਤੇ ਆ ਤੇ ਉਹਦੇ ਕਰਕੇ ਆ ਜੇ ਹੋ ਜਾਵੇ ਤਾਂ ਮਾੜਾ ਨਹੀਂ ਪਲਾਨ ਪਲਾਨ ਸਾਊਂਡਸ ਟੂ ਗੁੱਡ ਟੂ ਬੀ ਟ੍ਰੂ ਪਰ ਪਾਸ ਹੋਣ ਦੇ ਚਾਂਸਸ ਉਸਦੇ ਕਾਫੀ ਘੱਟ ਲੱਗਦੇ ਆ ਆ ਕਿਸੇ ਨੇ ਕਮੈਂਟ ਪਾਇਆ ਟਿਕਟੌਕ ਤੇ ਕਹਿੰਦਾ ਭਾਜੀ ਇਹ ਨਿੱਜਤ ਤੇ ਜਵਾਈ ਦੀ ਨਹੀਂ ਹੋਣੀ ਸਹੀ ਗੱਲ ਆ ਸਾਰੇ ਕੇ ਜਵਾਈ ਦੀ ਨਹੀਂ ਇੰਦੀ ਜਿਹਦਾ ਜਿਹਦੀ ਇਹਨਾਂ ਨੇ ਸਾਰਿਆਂ ਦੀ ਜਿਹੜੀ ਇਹ ਕਰਨੀ ਜਾਂਦੀ ਸੋ ਟ੍ਰੂ ਸਹੀ ਗੱਲ ਆ ਸੋ 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 ਇਹ ਇੱਕ ਰਿਐਕਟਾ ਹੁਣ ਬੀਬੀਆਂ ਮੈਦ ਇਹਨਾਂ ਦਾ ਨਾਮ ਵੀ ਨਹੀਂ ਸੁਣਿਆ ਪਹਿਲਾਂ ਕਦੀ ਸੋਣ ਇਦਾਂ ਹੈ ਕਿ ਹਰੇਕ ਬੰਦਾ ਹੁਣ ਮੱਧ ਤੋਂ ਉੱਧ ਰੌਲਾ ਪਾਉਂਦਾ ਕਿ ਬੁੱਟਾ ਬੁੱਟਾ ਨੂੰ ਪੈਣ ਸੋ ਇਦਾਂ ਹੈ ਕਿ ਇਹਨਾਂ ਤੋਂ ਬਚ ਕੇ ਤੇ ਜਿਹੜਾ ਜਿਹੜਾ ਤੁਹਾਨੂੰ ਡਿਗਨਿਟੀ ਐਕਟ ਵਾਲਾ ਪਹਿਲੇ ਪੂਹੇ ਮੰਗ ਰਿਹਾ ਜਾਂ ਉਹ ਕਰ ਰਿਹਾ ਤੇ ਉਹਨੂੰ ਵੈੱਬ 'ਤੇ ਕਨਫਰੰਟ ਕਰੋ ਤੁਸੀਂ ਕਿ ਦੱਸ ਮੈਨੂੰ ਕਿ ਬਿੱਲ ਪਾਸ ਕਿੱਥੇ ਹੋਇਆ ਵਾ ਇਹ ਅਜੇ ਹਾਂ ਇਹ ਨਾ ਕਈਆਂ ਨੇ 5-5000 ਡਾਲਰ ਦੇ ਦੇਣਾ ਕਈਆਂ ਨੇ 10-10 ਦੇ ਦੇਣਾ ਲੈ ਜੀ ਆ ਤਾਂ ਕੱਲ ਬਣ ਗਈ ਹੁਣ ਤਾਂ ਬਸ ਆਪਾਂ ਇਹਨਾਂ ਨੇ ਜੀ 7-700 ਕਰਕੇ ਦੇਈ ਜਾਣੇ ਆ ਸਾਡਾ ਕੰਮ ਸੈੱਟ ਹੋ ਜਾਣਾ ਆ ਇਹ ਮੇਕ ਸ਼ੁਰ ਕਰ ਲਿਓ ਇਹ ਸਿਰਫ ਤੇ ਸਿਰਫ ਇੱਕ ਪ੍ਰਪੋਜ਼ਲ ਆ ਸਿਰਫ ਤੇ ਸਿਰਫ ਇੱਕ ਪੇਸ਼ ਕੀਤਾ ਆ 500 ਪੇਜਾਂ ਦਾ ਖਰੜਾ ਤਿਆਰ ਕਰਕੇ ਉਹਨਾਂ ਨੇ ਦੇ ਦਿੱਤਾ ਆ ਇਹਦਾ ਤਾਂ ਇਹ ਵੀ ਨਹੀਂ ਪਤਾ ਵੀ ਇਹਦੀ ਸੁਣਵਾਈ ਵੀ ਲਈ ਜਾਣੀ ਆ ਕਿ ਨਹੀਂ ਲਈ ਜਾਣੀ ਹਾਊਸ 'ਚ ਇਹ ਵਿਚਾਰਾ ਉੱਥੇ ਪਿਆ ਹੀ ਨਾ ਰਹਿ ਜੇ ਬਸਤੇ 'ਚ ਇਹਦੇ ਤੇ ਗੱਲਬਾਤ ਵੀ ਉੱਤੇ ਹੋਣੀ ਆ ਕਿ ਨਹੀਂ ਹੋਣੀ ਇਹ ਤੇ ਵੋਟ ਹੋਊਗੀ ਕਿ ਨਹੀਂ ਹੋਊਗੀ ਉਹ ਵੀ ਨਹੀਂ ਪਤਾ ਪਰ ਇਹ ਆ ਵੀ ਹੁਣ ਕਿਉਂਕਿ ਇਮੀਗ੍ਰੇਸ਼ਨ ਦਾ ਮੁੱਦਾ ਗਰਮਾਇਆ ਆ ਸੋ ਇਹਨਾਂ ਦੋਨਾਂ ਬੀਬੀਆਂ ਨੇ ਮਿਲ ਕੇ ਚੰਗੀ ਗੱਲ ਦਾ ਬਾਈਪਾਰਟੀਜ਼ ਆ ਨਾ ਇਹ ਚੰਗੀ ਲੱਗਦੀ ਆ ਵੀ ਦੋਨੋਂ ਪਾਰਟੀਆਂ ਮਿਲ ਕੇ ਕੁਝ ਕਰਨਾ ਚਾਹੁੰਦੀਆਂ ਆ ਪਰ ਕੀ ਕਰਨਾ ਚਾਹੁੰਦੀਆਂ ਆ ਇਹ ਅੱਖਾਂ 'ਚ ਘੱਟਾਂ ਪਾ ਰਹੇ ਆ ਯਾ ਅਸਲ 'ਚ ਕੁਝ ਕਰਨਾ ਚਾਹੁੰਦੇ ਇਹ ਵੀ ਆਪਾਂ ਨੂੰ ਦੇਖਣਾ ਪੈਣਾ ਹੈ ਪਹਿਲਾਂ 10-15 ਜਾਨੇ ਮੈਂ ਕਿਹਾ ਲੈ ਕੇ ਆਓ ਫਿਰ ਤਾਂ ਸੁਣੀਏ ਵੀ ਗੱਲ ਕਿ 10-15 ਡੈਮੋਕ੍ਰੇਟ ਹੋਣ 10-15 ਰਿਪਬਲਿਕਨ ਪਹਿਲਾਂ ਉਹਨਿਆਂ 'ਗਨੂੰ ਤਾਂ ਐਗਰੀ ਕਰੋ ਫਿਰ ਆਪਾਂ ਤੁਹਾਡੀ ਗੱਲ ਸੁਣੀਏ ਕਿ ਸਾਰੇ ਜਾਨੇ VOTING ਤੇ ਕਰੋਗੇ ਜੇ ਮੈਂ ਕਿਹਾ ਤੁਸੀਂ 5 ਜਾਨੇ ਵੀ ਨਹੀਂ ਐਗਰੀ ਕਰ ਸਕਦੇ ਉਹ ਕਾਦਾ ਬਿੱਲ ਹੂੰ ਸਹੀ ਗੱਲ ਸੋ ਟ੍ਰੂ ਸਾਰੇ ਜਾਨੇ ਦੋ-ਦੋ ਜਾਨੇ ਬੈਠੇ ਕਿਤੇ-ਕਿਤੇ ਵੀ ਬੈਠੇ ਕੁਝ ਵੀ ਪ੍ਰਪੋਜ਼ ਕਰੀ ਜਾਣ ਉਹਦਾ ਕੋਈ ਮਤਲਬ ਨਹੀਂ ਬਣਦਾ ਅਨਲੈਸ ਉਹਦੇ ਵਿੱਚ ਐਕਚੁਅਲ ਦੇ ਵਿੱਚ ਪਾਰਟੀਆਂ ਦੀ ਜਾਂ ਮੈਜੋਰਟੀਜ਼ ਦੀ ਜਿਹੜੀ ਉਸ ਦੇ ਵਿੱਚ ਸਪੋਰਟ ਨਾ ਹੋਵੇ ਇਥੇ ਦਾ ਡੈਟ ਸੀਰੀਜ਼ ਨੂੰ ਲੈ ਕੇ ਮਸਲਾ ਬਣਿਆ ਪਿਆ ਆ ਉਹਦੇ ਤੇ ਤਾਂ ਮੰਨਣ ਨਹੀਂ ਦੇ ਜਿਹਦੇ ਕਰਕੇ ਸਰਕਾਰ ਬੰਦ ਹੋ ਜਾਣੀ 2 ਮਿਲੀਅਨ ਲੋਕਾਂ ਦੀ ਜੌਬ ਵੈਟਰਨਸ ਦੇ ਜਿਹੜੇ ਪੈਨਸ਼ਨਾਂ ਰੁਕ ਜਾਣੀਆਂ ਸ਼ੋਸਲ ਸਿਕਿਉਰਿਟੀ ਬੰਦ ਹੋ ਜਾਣੀ ਉਹਦੇ ਤੇ ਤੇ ਉਹਨਾਂ ਦੀ ਰਾਏ ਨਹੀਂ ਬਣਦੀ ਤੇ ਇਹਨੇ ਇਹਨਾਂ ਨੇ ਇਮੀਗ੍ਰੈਂਟਾਂ ਨੂੰ 10-10 ਹਜ਼ਾਰ ਡਾਲਰ ਲੈ ਕੇ ਉਹਨਾਂ ਤੋਂ ਤਾਂ ਉਹਨਾਂ ਨੂੰ ਪੱਕੇ ਕਰਨਗੇ ਇਹ ਇਹ ਥੋੜਾ ਜਿਹਾ ਆਪਾਂ ਨੂੰ ਜਿਹੜਾ ਸੋਚਣਾ ਪੈਣਾ ਆ ਵੀ ਇਹ ਅਸਲ 'ਚ ਕਰ ਕੀ ਰਏ ਆ ਇਹ ਗੇਮ ਕਿਹੜੀ ਜਿਹੜੀ ਇਸ ਦੇ ਵਿੱਚ ਪਲੇ ਹੋ ਰਹੀ ਆ ਸੋ ਇਹ ਸਾਡੇ ਇਹ ਸ਼ੋਅ ਕਰਨ ਦਾ ਇਹ ਦੱਸਣ ਦਾ ਮਕਸਦ ਇਹ ਆ ਵੀ ਤੁਸੀਂ ਨਾ ਵੀਰੋ ਫਸ ਜਿਓ ਤੁਸੀਂ ਜਿਹੜਾ ਹਸਾਬ ਦੇ ਨਾਲ ਜਿਹੜਾ ਉਹ ਦੇਖ ਕੇ ਚੱਲਿਓ ਉਦਾਂ ਅਟਰਨੀ ਡਰ ਕੇ ਨਾ ਜੀ ਬਹੁਤ ਸਾਰੀਆਂ ਵੀਡੀਓਜ਼ ਜਿੱਦਾਂ ਤੁਸੀਂ ਤੰਬੂਆਂ ਦੀ ਗੱਲ ਕੀਤੀ ਸੀ ਮੈਂ ਆਪਾਂ ਦੇਖ ਰਹੇ ਸੀਗੇ ਵੀ ਉਧਰਲੇ ਪਾਸੇ ਆ ਰਹੇ ਆ ਸੋ ਅਜੇ ਸਾਰੇ ਜਾਣੇ ਫਿਰ ਉਹ ਇੰਤਜ਼ਾਰ ਕਰ ਰਹੇ ਹੁਣ ਜੇ ਆਪਾਂ ਵਾਪਸ ਬਾਰਡਰ ਵਾਲੀ ਸਿਚੁਏਸ਼ਨ ਨੂੰ ਲੈ ਕੇ ਦੇਖੀਏ ਵੀ ਲੋਕ ਹੁਣ ਇੰਤਜ਼ਾਰ ਕਰ ਰਹੇ ਆ ਉਹ ਵੇਟ ਕਰ ਰਹੇ ਆ ਵੀ ਇਹ ਟਰਾਂਜ਼ਿਟ ਬੈਨ ਦੇ ਬਾਰੇ ਕੁਝ ਕਲੈਰਟੀ ਆਵੇ ਲੋਕੀ ਹੁਣ ਭਾਜੀ ਇਦਾਂ ਆ ਕਿ ਲੋਕੀ ਭਾਜੀ ਕਿਸੇ ਦੇ ਰੋਕਿਆ ਰੁਕਣੇ ਨਹੀਂ ਨਹੀਂ ਰੁਕਣੇ ਸਹੀ ਹੈ ਲਾਅ ਕੀ ਆ ਉਹਦੇ ਅਕੋਰਡਿੰਗ ਰੁਕਣੇ ਨਹੀਂ ਤੇ ਆਪਣਾ ਇਹਦੇ ਵਿੱਚ ਰੋਲ ਸਿਰਫ ਇੰਨਾ ਹੀ ਆ ਕਿ ਆਪਾਂ ਕਿਸੇ ਨੂੰ ਇਨਕਰੇਜ ਨਹੀਂ ਕਰ ਸਕਦੇ ਕਿ ਤੁਸੀਂ ਬਾਰਡਰ ਟੱਪ ਕੇ ਆਓ ਆਪਾਂ ਦੱਸ ਹੀ ਦੇ ਰਹੇ ਹਾਂ ਲੋਕਾਂ ਨੂੰ ਹੂੰ ਹੂੰ ਇਨਫੈਕਟ ਇਹ ਤਾਂ ਪਹਿਲਾਂ ਕੰਸਲਟ ਕੋਈ ਲੈ ਰਿਆ ਸੀਗਾ ਕੈਨੇਡਾ ਕਨੋਡਾ ਬਾਰੇ ਪੁੱਛ ਰਿਆ ਸੀਗਾ ਹੁਣ ਤੁਸੀਂ ਦੱਸ ਦੋ ਕਿ ਯਾਰ ਉਹਨਾਂ ਦੀ ਤਾਂ ਐਗਰੀਮੈਂਟ ਹੈਗੀ ਕਿ ਉਹਨਾਂ ਨੇ ਤਾਂ ਸਾਫ਼ ਹੀ ਕਹਿ ਤਾ ਕਿ ਕੈਨੇਡਾ 'ਚ ਸੈਲਮ ਫਾਈਲ ਹੋਣਾ ਜ਼ਰੂਰੀ ਆ ਹੂੰ ਇਹ ਹੁਣ ਇਦਾਂ ਕੀ ਜੇ ਫਾਈਲ ਕਰਕੇ ਡਿਨਾਈ ਕਰਕੇ ਜੇ ਕੋਈ ਬੰਦਾ ਬਾਅਦ 'ਚ ਆਇਆ ਉਹਨੂੰ ਉਹ ਲਾਅ ਤੋਂ ਬਚ ਸਕਦਾ ਪਰ ਹੁਣ ਇਵਨ ਐਜ਼ ਗੁੱਡ ਐਜ਼ ਕੰਟਰੀ ਜੇ ਕੈਨੇਡਾ ਹੈਗਾ ਮੈਕਸੀਕੋ ਤੋਂ ਤਾਂ ਬੈਟਰੀ ਆ ਰਾਈਟ ਜੀ ਜੀ ਰਹਿਣ ਨੂੰ ਕੰਮ ਕਰਨ ਨੂੰ ਹੁਣ ਜੇ ਜਨਤਾ ਭਾਜੀ ਉੱਥੇ ਵੀ ਰਹਿ ਕੇ ਸੈਲਮ ਫਾਈਲ ਕਰਨੀ ਜਦ ਤੱਕ ਕਹਿੰਦੀ ਮੈਂ ਵੇਟ ਹੀ ਨਹੀਂ ਕਰਨੀ ਮੈਂ ਕੈਨੇਡਾ 'ਚ ਵੀ ਮੈਂ ਵੇਟ ਨਹੀਂ ਕਰ ਸਕਦਾ ਹੁਣ ਮੈਨੂੰ ਦੱਸੋ ਮੈਕਸੀਕੋ ਚ ਕਿੱਥੋਂ ਤੁਸੀਂ ਵੇਟ ਕਰਾਉਂਗੇ ਜਨਤਾ ਨੂੰ ਸਹੀ ਗੱਲ ਹੈ ਟਰੂ ਕੈਨੇਡਾ ਚ ਨਹੀਂ ਬੰਦਾ ਵੇਟ ਕਰ ਸਕਦਾ ਚੰਗਾ ਭਲਾ ਵਰਕ ਪਰਮਿਟ ਪਰਮਿਟ ਵਾਲੇ ਹੈਗੇ ਆ ਤੇ ਆਪਣਾ ਉਹ ਉਹ ਹੁਣ ਆਪਣੀ ਹੈਡਿੰਗ ਨਹੀਂ ਆਪਣਾ ਕੰਮ ਇਹ ਹੈ ਕਿ ਲੋਕਾਂ ਨੂੰ ਪਤਾ ਹੋਵੇ ਕਿ ਭਾਈ ਆਹ ਚੀਜ਼ ਆ ਕੱਲ ਨੂੰ ਤੁਹਾਡੇ ਅਗੇਂਸਟ ਜਾ ਸਕਦੀ ਹੈ ਜੇ ਲਾਅ ਸਟੈਂਡ ਕੀਤਾ ਉਦੋਂ ਹਨ ਤੇ ਬਾਕੀ ਜਨਤਾ ਆਪ ਸਮੇਂਦਾਰ ਉਹਨਾਂ ਨੇ ਆਪਣਾ ਫੈਸਲਾ ਲੈਣਾ ਜਦੋਂ ਤੁਸੀਂ ਕੈਲਕੂਲੇਟਡ ਰਿਸਕ ਲੈਣੇ ਆ ਸਹੀ ਆ ਤੇ ਕੱਲ ਨੂੰ ਇਹ ਨਾ ਹੋਵੇ ਫਿਰ ਦਿੰਦਾ ਮੈਨੂੰ ਪਤਾ ਨਹੀਂ ਸੀ ਨਹੀਂ ਤਾਂ ਮੈਂ ਹੋਰ ਫੈਸਲਾ ਲੈਣਾ ਸੀ ਹੁਣ ਇਹ ਹੈ ਕਿ ਲੋਕਾਂ ਨੂੰ ਪਤਾ ਹੁਣ ਜੇ ਕੋਈ ਨੇ ਫੇਰ ਵੀ ਕਿ ਨਹੀਂ ਕਰਨਾ ਰਿਮੇਨ ਇਨ ਅਕਸਿਗੋਰ ਰਿਮੇਨ ਇਨ ਕੈਨੇਡਾ ਪ੍ਰੋਗਰਾਮ ਹੈ ਨਹੀਂ ਉਹ ਕਰਨਾ ਤਾਂ ਉਹਨਾਂ ਦਾ ਆਪਣਾ ਰਿਸਕ ਹੈ ਹੂੰ ਜੀ ਤੇ ਅਟਾਰਨੀ ਜੀ ਕਹਿਣਾ ਜੀ ਹੁਣ ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਵੀ ਕੋਈ ਰੋਕਦਾ ਨਾ ਮੇਰੇ ਕਹੇ ਨਾ ਤੁਹਾਡੇ ਕਹੇ ਹਰ ਇੱਕ ਨੇ ਆਪੋ ਆਪਣੀ ਪਰਸਨਲ ਕਰਨੀ ਆ ਵੀ ਜੋ ਵੀ ਉਹਨਾਂ ਨੂੰ ਚੰਗਾ ਲੱਗਦਾ ਉਹ ਕਰ ਰਹੇ ਆ ਹੁਣ ਉਸ ਤੋਂ ਬਾਅਦ ਦੇ ਵਿੱਚ ਜੇ ਕੋਈ ਆਇਆ ਹੈ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਿਸੇ ਨੇ ਕੰਟੈਕਟ ਕੀਤਾ ਆ ਕੀ ਸਥਿਤੀ ਉਹਨਾਂ ਨੇ ਦੱਸੀ ਆ ਜਦੋਂ ਐਪ ਦੇ ਥਰੂ ਜਾਂਦੇ ਆ ਜਦੋਂ ਗੱਲਬਾਤ ਉੱਥੇ ਕਰਦੇ ਆ ਜਾਂ ਜੇ ਕੋਈ ਸੇਫ ਲੰਘ ਆ ਰਿਹਾ ਆ ਕੋਈ ਲੰਘ ਕੇ ਆਇਆ ਆ ਜੇ ਉਹਨਾਂ ਦੇ ਨਾਲ ਕੰਟੈਕਟ ਹੋਇਆ ਜਾਂ ਰੀਟੇਨ ਕਰਕੇ ਰੱਖਿਆ ਸੀ ਕੁਝ ਉਸ ਤੇ ਬਾਰੇ ਪਤਾ ਲੱਗ ਰਿਹਾ ਵੀ ਕੀ ਉਹ ਰੀਟੈਂਸ਼ਨ ਦੇ ਵਿੱਚ ਜਾਂ ਜਦੋਂ ਉਹਨਾਂ ਨੂੰ ਇੰਟਰਵਿਊਜ਼ ਕਰਦੇ ਉਹਦੇ ਵਿੱਚ ਕੀ ਹੋ ਰਿਹਾ ਹੈ ਭਾਜੀ ਟੂ अर्ਲੀ ਆ ਜੇ ਪਹਿਲੀ ਗੱਲ ਤਾਂ ਹੁਣ ਜਿਹੜਾ ਦੇਖੋ ਮਈ 11 ਤੋਂ ਬਾਅਦ ਬੰਦਾ ਬਾਰਡਰ ਟੱਪਿਆ ਰਾਈਟ ਆਊਗਾ ਆਪਣੀ ਹੋ ਸੰਭਾਲੂਗਾ ਫਿਰ ਆ ਕੇ ਐਪ ਪਹਿਲੀ ਗੱਲ ਤਾਂ ਹੁਣ ਐਪ ਉਹ ਪਾਜੇ ਇੰਪਲੀਮੈਂਟ ਹੋਇਆ ਇਹ ਤਾਂ ਹੁਣ ਇਦਾਂ ਹੈ ਕਿ ਜਦੋਂ ਹਜੇ ਹਜ਼ਾਰ ਬੰਦੇ ਹੀ ਉਹਨਾਂ ਦੇ ਆ ਸਕਦੇ ਆ ਤੇ ਬਾਰਡਰ ਦੇ ਥਰੂ ਆਣਾ ਹੈ ਨਾ ਤੇ ਕਈ ਕਈਆਂ ਨੇ ਬਾਰਡਰ ਆ ਜੇ ਵੀ ਟੱਪਣਾ ਰਾਈਟ ਇਹ ਤਾਂ ਹੁਣ ਲੌਂਗ ਰਨ ਦੇ ਵਿੱਚ ਹੀ ਪਤਾ ਲੱਗੂਗਾ ਕਿ ਜਿਹੜੇ ਬਾਰਡਰ ਟੱਪਦੇ ਆ ਉਹਨਾਂ ਨੂੰ ਜਿਹੜਾ ਜਦੋਂ ਫੜਦੇ ਆ ਫਿਰ ਉਹ ਵਕੀਲ ਨੂੰ ਹਾਇਰ ਕਰਦੇ ਆ ਤੇ ਉਹਦੇ ਵਿੱਚੋਂ ਦੀ ਕਿੰਨੇ ਲੋਕੇ ਛੁੱਟਦੇ ਆ ਨਹੀਂ ਛੁੱਟਦੇ ਉਹਨਾਂ ਦੀ ਹੀアリング ਕਦੋਂ ਪੈਂਦੀ ਆ ਪਹਿਲੇ ਬਿਆਨ ਉਹਨਾਂ ਦੇ ਫੇਲ ਹੁੰਦੇ ਆ ਜੱਜ ਕੀ ਕਹਿੰਦਾ ਇਹ ਸਾਰੇ ਜਿਹੜੇ ਅੰਕੜੇ ਇਕੱਠੇ ਕਰਨ ਨੂੰ ਕਟੋ-ਕਟ 6 ਮਹੀਨੇ ਸਾਲ ਦਾ ਟਾਈਮ ਲ ਇਹ ਇਦਾਂ ਨਹੀਂ ਕਿ ਰਤੋ ਰਾਤ ਕਲੀਅਰ ਹੋ ਜਾਣੇ ਕਿਉਂਕਿ ਹੁਣ ਤਾਂ ਖਬਰ ਵਿੱਚ ਆ ਵੀ ਸੀਗੀ ਕਿ ਜੇ ਉਹਨਾਂ ਨੇ ਇਹ ਕਿਹਾ ਕਿ ਜੇ ਉਹਨਾਂ ਦੀਆਂ ਜੇਲਾਂ ਜ਼ਿਆਦਾ ਭਰ ਗਈਆਂ ਉਹ ਰੱਖ ਹੀ ਨਹੀਂ ਸੱਦੇ ਬੰਦਿਆਂ ਨੂੰ ਉਹਨਾਂ ਨੂੰ ਉਹਦੇ ਕਰਕੇ ਵੀ ਲੋਕਾਂ ਨੂੰ ਛੱਡਣਾ ਪੈ ਰਿਹਾ ਹੈਗਾ ਪੈ ਸਕਦਾ ਜੀ ਜਿਹਨੇ ਬਿਲਕੁਲ ਇਹ ਤਾਂ ਬਿਲਕੁਲ ਡੈਫੀਨਿਟਲੀ ਇਹ ਜਿਹੜੀ ਚੱਲ ਰਹੀ ਹੈ ਸੋ ਲੇਟੈਸਟ ਇੱਕ ਟੈਕਸਸ ਦੇ ਉਹਨਾਂ ਨੇ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ CBP ਦੀ ਇਹ ਜਿਹੜੀ ਐਪ ਆ CBP 1 ਐਪ ਆ ਉਸ ਦੇ ਸਬੰਧ ਦੇ ਵਿੱਚ ਲਾ ਸੂਟ ਉਹਨਾਂ ਉੱਤੇ ਦਰਜ ਜਿਹੜਾ ਉਹ ਕਰ ਦਿੱਤਾ ਆ ਸੋ ਆਪਾਂ ਦੇਖਿਆ ਵੀ ACLU ਨੇ ਟ੍ਰਾਂਸਿਟ ਬੈਂਡ ਦੇ ਉਲਟ ਕੀਤਾ ਇੱਥੇ ਕਹਿੰਦੇ ਵੀ ਇਹ ਇਹ ਕਹਦੇ ਵੀ ਇੰਟਰਵਿਊਾਂ ਕਦੋਂ ਹੀ ਜਾ ਰਹੇ ਆ ਉਹ ਕਹਿੰਦੇ ਵੀ ਰੋਕੀ ਕੋ ਜਾਣੇ ਆ ਸੋ ਅਦਾਲਤਾਂ 'ਚ ਵਕ ਵਕ ਥਾਵਾਂ ਦੇ ਉੱਤੇ ਵਕ ਵਕ ਮਸਲੇ ਘੁੰਮ ਰਹੇ ਹਾਂਜੀ ਅਦਾਲਤਾਂ ਨੇ ਦੋਨੋਂ ਧਿਰਾਂ ਦੀ ਸੁਣਨੀ ਆ ਕੋਈ ਇਦਾਂ ਨਹੀਂ ਕਿ ਉਹਨੇ ਇੱਕ ਧਿਰ ਦੀ ਸੁਣਨੀ ਆ ਤੇ ਬਿਲਕੁਲ ਹੋਣਾ ਵੀ ਇਦਾਂ ਚਾਹੀਦਾ ਅਦਾਲਤ ਜਿਹੜੀ ਨਿਊਟਰਲ ਹੋਣੀ ਚਾਹੀਦੀ ਆ ਉਹਨੂੰ ਦੋਨੋਂ ਧਿਰਾਂ ਦੀ ਸੁਣਨੀ ਚਾਹੀਦੀ ਤੇ ਦੋਨੋਂ ਧਿਰਾਂ ਨੇ ਜਿਹੜੀ ਆਰਗੂਮੈਂਟ ਕੀਤੀ ਓਦੇ ਬੇਸ ਤੇ ਉਹਨਾਂ ਨੂੰ ਫੈਸਲਾ ਦੇਣਾ ਚਾਹੀਦਾ ਤੇ ਹੁਣ ਇਦਾਂ ਆ ਕਿ ਮੇਨ ਚੀਜ਼ ਹੁੰਦੀ ਆ ਇੰਜੰਕਸ਼ਨ ਇੰਜੰਕਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਆ ਚੀਜ਼ ਨਹੀਂ ਕਰ ਸਕਦੇ ਇਹਨੂੰ ਰੋਕ ਦੋ ਜਾਂ ਫਿਰ ਹੈਗਾ ਕਿ ਕੋਈ ਚੀਜ਼ ਵਾਪਸ ਲੈ ਰਹੇ ਕਿ ਨਹੀਂ ਇਹਨੂੰ ਬੰਦੇ ਨੂੰ ਇਹਨੂੰ ਬਾਹਰ ਕੱਢਣਾ ਇਹਨੂੰ ਰਿਮੂਵ ਕਰਨਾ ਯੂਐਸ ਤੋਂ ਉਹਨੂੰ ਤੁਸੀਂ ਲੈਣਿਆ ਸਟੇ ਕਿ ਨਹੀਂ ਇਹਨੂੰ ਚੀਜ਼ ਨੂੰ ਸਟੇ ਕਰ ਦੋ ਇਦਾਂ ਦੀ ਇਦਾਂ ਹੀ ਇਹਨੂੰ ਅਜੇ ਵਾਪਸ ਨਾ ਭੇਜੋ ਜਾਂ ਚ ਕਈ ਵਾਰੀ ਜਿੱਦਾਂ ਹੁਣ ਡਾਕਾ ਡੁਕਾ ਦੇ ਪ੍ਰੋਗਰਾਮ ਆਪਾਂ ਦੇਖੇ ਆ ਕੋਰਟ ਕੀ ਕਹਿੰਦੀ ਹੈ ਕਿ ਕੋਰਟ ਕਹਿੰਦੀ ਹੈ ਕਿ ਇਹ ਬਹੁਤ ਵੱਡੇ ਵੱਡੇ ਫੈਸਲੇ ਆ ਇਹਨੂੰ ਤਾਂ ਸਾਨੂੰ 2 ਸਾਲ ਲੱਗ ਜਾਣੇ ਅੱਜ ਦੀ ਡੇਟ ਦੇ ਵਿੱਚ ਆਪਾਂ ਇੰਜਕਸ਼ਨ ਲਾਤੀ ਮਤਲਬ ਕਿ ਤੁਸੀਂ ਇਹਨੂੰ ਰੋਕ ਦਿਓ ਇੱਥੇ ਜਿਹੜੀ ਚੀਜ਼ ਖੜੀ ਆ ਜਾਂ ਇਹਨੂੰ ਸਟੇ ਦੇ ਦਿਓ ਜਿੱਦਾਂ ਚੱਲਦਾ ਉਹਨੂੰ ਚੱਲਦਾ ਰਹਿਣ ਦਿਓ ਹੈਨਾ ਤੇ ਉਹ ਕੋਰਟ ਦੇ ਕਈ ਵਾਰੀ ਨਾ ਇੰਟਰਮ ਫੈਸਲੇ ਆ ਜਾਂਦੇ ਆ ਕਿ ਡੱਕ ਵਾਲਿਆਂ ਲਈ ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਨਹੀਂ ਕਰ ਸਕਦਾ ਫਾਈਲ ਪੁਰਾਣੇ ਵਾਲੇ ਜਿਹੜੇ ਐਕਸਟੈਂਡ ਕਰ ਸਕਦੇ ਆ ਨਵਾਂ ਵਾਲਾ ਕੋਈ ਨਹੀਂ ਕਰਨ ਦੇਣਾ ਜਿਨ੍ਹਾਂ ਨੇ ਆਲਰੇਡੀ ਫਾਈਲ ਕੀਤਾ ਸੀ ਉਹਨਾਂ ਨੂੰ ਐਕਸਟੈਂਸ਼ਨਾਂ ਦੇ ਦਾਂਗੇ ਸੋ ਹੁਣ ਆਪਾਂ ਦੇਖਦੇ ਆ ਕਿ ਇਹ ਜਿਹੜੇ ਹੁਣ ਵੱਡੇ ਵੱਡੇ ਡਿਸੀਜਨ ਇਹ ਇਦਾਂ ਦਾ ਹੈ ਨਹੀਂ ਕਿ ਐਡਾ ਵੱਡਾ ਡਿਸੀਜਨ ਹੈ ਕਿ ਐਸਐਲਯੂ ਲੈਵਲ ਤੇ ਗੱਲ ਉਹਨਾਂ ਨੂੰ ਵੀ ਪਤਾ ਹੈ ਕਿ ਸੁਪਰੀਮ ਕੋਰਟ ਤੱਕ ਜਾਣੇ ਆ ਮਸਲੇ ਤੇ ਕੋਈ ਵੀ ਜੱਜ ਹੁਣ ਇਦਾਂ ਨਹੀਂ ਕਿ ਉਹਨੇ ਰਾਤ ਨੂੰ ਉੱਠਿਆ ਤੇ ਚੱਲ ਵੀ ਸਵੇਰੇ ਮੈਂ ਫੈਸਲਾ ਦੇ ਦਵਾਂ ਹੈਨਾ ਇਹ ਪੂਰਾ ਲੋਕਾਂ ਨੂੰ ਏਸੀ ਅਲੀ ਇਨਵੋਲ ਹੋਣੀ ਆ ਲਾਅਰਜ਼ ਇਨਵੋਲ ਹੋਣੇ ਆ ਕੋਰਟ ਨੇ ਬਰੀਫ ਮੰਗਣੇ ਆ ਉਹਨਾਂ ਕੋਲ ਤੁਹਾਡੀ ਕੀ ਪੋਜੀਸ਼ਨ ਆ ਤੁਹਾਡੀ ਕੀ ਪੋਜੀਸ਼ਨ ਆ ਸਾਰਿਆਂ ਦੇ ਜਿਹੜੇ ਪਹਿਲੂ ਆ ਉਹਨਾਂ ਨੇ ਸੁਣ ਕੇ ਫਿਰ ਜੱਜ ਨੇ ਜਿਹੜਾ ਫੈਸਲਾ ਦੇਣਾ ਜੱਜ ਦਾ ਕੰਮ ਨਹੀਂ ਹੈਗਾ ਕਿ ਮੈਂ ਰਿਸਰਚ ਕਰਾਂ ਲਾਅ ਕੀ ਆ ਕਿੱਦਾਂ ਉਹਨਾਂ ਦੇ ਦਵ ਉਹਦੇ ਮੂਰੇ ਜੋ ਪ੍ਰੈਜ਼ੈਂਟ ਕੀਤਾ ਗਿਆ ਐਵਿਡੈਂਸ ਉਹ ਕੇਸ ਅਜੇ ਬਣਨਾ ਉਹਨੂੰ ਬਣਨ ਨੂੰ ਟਾਈਮ ਲੱਗਣਾ ਜੇ ਲਾਅ ਸੂਟ ਹੀ ਫਾਈਲ ਹੋਏ ਆ ਸਿਰ ਹਮ ਇਹਨਾਂ ਨੇ ਜਿਹੜਾ ਕਿਊਬਾ ਹੈਤੀ ਨਿਕਰਾਗਵਾ ਵੈਨੇਜ਼ੁਏਲਾ ਤੋਂ ਇਨਾਂ ਨੇ ਸਾਲ ਦੇ ਵਿੱਚ 3.5 ਲੱਖ ਤੋਂ ਵੱਧ ਬੰਦਿਆਂ ਨੂੰ ਹਮੈਨਿਟੇਰੀਅਨ ਪ੍ਰੋਲ ਅਥਾਰਟੀ ਦੇ ਉੱਤੇ ਯੂਐਸ ਚੈਂਟਰ ਕਰਨ ਦੀ ਗੱਲ ਕੀਤੀ ਉਸਦੇ ਉਲਟ ਵੀ ਲਾ ਸੂਟ ਦਰਜ ਕੀਤਾ ਆ ਉਹ ਕਹਿੰਦਾ ਵੀ ਜਿਹੜੀ ਫੈਡਰਲ ਸਰਕਾਰ ਆ ਆਪਣੀ ਬਾਉਂਡਰੀਜ਼ ਨੂੰ ਓਵਰਸਟੈਪ ਕਰ ਰਹੀ ਆ ਸੋ ਇਹ ਇਹ ਜੋ 11 ਮਈ ਤੋਂ ਬਾਅਦ ਦੇ ਵਿੱਚ ਜੋ ਕੁਝ ਵਾਪਰਿਆ तकरीबन ਹਰ ਇੱਕ ਚੀਜ਼ ਦੇ ਉੱਤੇ ਲਾ ਸੂਟ ਆ ਐਪ ਦੇ ਉੱਤੇ ਆ ਹਿਮੈਨਿਟਰੀਅਨ ਪ੍ਰੋਲ ਦੇ ਉੱਤੇ ਆ ట్రాਨਜ਼ਿਟ ਬੈਨ ਦੇ ਉੱਤੇ ਆ ਸੋ एवरीथिंग ਇਜ਼ ਐਸ ਟਾਈਮ ਉਹ ਅਦਾਲਤਾਂ ਦੇ ਵਿੱਚ ਆ ਪਤਾ ਨਹੀਂ ਕਦੋਂ ਕਿਹੜੇ ਵੇਲੇ ਕਿਹੜੀ ਚੀਜ਼ ਜਿਹੜੀ ਆ ਉਹ ਚੇਂਜ ਹੋ ਜਾਣੀ ਆ ਸੋ ਆਉਣ ਵਾਲੇ ਕੁਝ ਮਹੀਨੇ ਤੱਕ ਅਟਰਨੀਟੇਟ ਕਹਿਣਾ ਜੀ ਇਹ ਬਹੁਤ ਉੱਤੇ ਥੱਲੇ ਜਿਹੜਾ ਕੰਮ ਆ ਉਹ ਚੱਲਦਾ ਰਹਿਣਾ ਆ ਸੋ ਵੀ ਨਾਟ ਗੋਇੰਨ ਟੂ ਨੋ ਵੀ ਜਿੰਨਾ ਤੱਕ ਇਹ ਕਿਹਾ ਵੀ ਕਲੀਅਰ ਪਿਕਚਰ ਦਾ ਆਪਾਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਜਲਦੀ ਕਿਤੇ ਅਜੇ ਕਈ ਮਹੀਨੇ ਜਿਹੜੇ ਉਹ ਲੱਗ ਜਾਣਗੇ ਕੁਝ ਕਲੈਰਿਟੀ ਆਉਣ ਦੇ ਵਿੱਚ ਇਸ ਨੂੰ ਲੈ ਕੇ ਹੁਣ ਗੱਲ ਕਰੀਏ ਪਿਛਲੇ ਆਦੇ ਨਾ ਆਪਾਂ ਦਾ ਸਹਿਗੀ ਯੂਜ਼ਰ ਕਈ ਕਹਿੰਦੇ ਕਿ ਨਹੀਂ ਯਾਰ ਇਹ ਆ ਜਾਂਦੇ ਆ ਡਰਾਉਂਦੇ ਆ ਜਨਤਾ ਨੂੰ ਇਦਾਂ ਕਰਦੇ ਉਦਾਂ ਕਰਦੇ ਹੁਣ ਮੈਂ ਗਿਆ ਪੈ ਗਏ ਭਾਈ ਕਿ ਨਹੀਂ ਲਾਅ ਵਾਲੇ ਡੋਮੇਨ ਦੇ ਵਿੱਚ ਹੁਣ ਲਾਅ ਵਾਲਾ ਕੌਣ ਸਮਝਾਊਗਾ ਹੁਣ ਵਕੀਲਾਂ ਦੇ ਜੱਜਾਂ ਦੇ ਕੋਰਟ ਕਚੈਰੀ ਵਾਲੇ ਜਿਹੜੇ ਮਸਲੇ ਐਂਡ ਆਫ ਦਾ ਡੇ ਹੈਗਾ ਕਿ ਕਾਲੀ ਸ਼ਾਈ ਵਾਲਾ ਅਖਰ ਬਾਹਰ ਨਿਕਲ ਕੇ ਕੀ ਆਂਦਾ ਉਤੋਂ ਉੱਤੇ ਕੋਈ ਨਹੀਂ ਹੈਗਾ ਹੂੰ ਭਾਵੇਂ ਉਹ ਬੰਦਾ ਬਾਰਡਰ ਟੱਪ ਰਿਹਾ ਭਾਵੇਂ ਉਹ ਵਕੀਲ ਆ ਪਾ ਹੁਣ ਇਹ ਹੈ ਕਿ ਮੋੜ ਘੋੜੇ ਦੇ ਵਿੱਚ ਬਹੁਤ ਆਣੇ ਆ ਤੇ ਮਾਂ ਜੋ ਉਹ ਜਿਹੜਾ ਇਮੀਗ੍ਰੇਸ਼ਨ ਦਾ ਉਹ ਛੜਨਾ ਤੇ ਅੱਗੇ ਕਿਹੜੀ ਸਰਕਾਰ ਜਿੱਤਦੀ ਆ ਰਿਪਬਲਿਕਨ ਜਿੱਤਦੇ ਆ ਕੌਣ ਜਿੱਤਦੇ ਆ ਉਹਦੇ ਹਿਸਾਬ ਨਾਲ ਫੈਸਲਾ ਹੋਣਾ ਉਹ ਨਹੀਂ ਕਿ ਮੇਰਾ ਦੋਸਤ ਦਾ 2012 ਵਿੱਚ ਫਲਾਣੇ ਵਕੀਲ ਨੇ ਆਹ ਕਹਿ ਕੇ ਕੇਸ ਅਪਰੂਵ ਕਰਾ ਦਿੱਤਾ ਸੀਗਾ ਇਹ ਜਿਹੜੇ ਲਾਅ ਆ ਇਹ ਕਨਸਟੈਂਟਲੀ ਚੇਂਜ ਹੋਣੇ ਆ ਫੈਸਲੇ ਜਿਹੜੇ ਕਨਸਟੈਂਟਲੀ ਬਦਲਦੇ ਰਹਿਣੇ ਆ ਤੇ ਇਹਨੂੰ ਹੁਣ ਇਦਾਂ ਹੈਗਾ ਕਿ ਇਹਨੂੰ ਜੇ ਤਾਂ ਡਰ ਲੱਗਦਾ ਭਾਈ ਸਾਡਾ ਪ੍ਰੋਗਰਾਮ ਸੁਣ ਕੇ ਨਾ ਸੁਣੋ ਤੇ ਜੇ ਤੁਹਾਨੂੰ ਲੱਗਦਾ ਕਿ ਇਹ ਇਨਫੋਰਮੇਸ਼ਨਲ ਆ ਇਹਦੇ ਵਿੱਚੋਂ ਲਾਅ ਦੀ ਤੁਹਾਨੂੰ ਸਮਝ ਆ ਤੇ ਫਿਰ ਉਹ ਸਮਝ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਜਿਹੜਾ ਆਪਣਾ ਅਗੋਂ ਇਨਫਾਰਮਡ ਡਿਸੀਜਨ ਜਿਹੜਾ ਉਹ ਲੈ ਸਕਣ ਜੀ ਬਿਲਕੁਲ ਸੋ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਅਟਰਨੀਟਰ ਕਿਹਨੇ ਜੀ ਕਿੱਦਾਂ ਚੱਲ ਰਿਹਾ ਜਿੱਦਾਂ ਤੁਸੀਂ ਦੱਸ ਹੀ ਰਹੇ ਸੀ ਪਹਿਲਾਂ ਵੀ ਬਹੁਤ ਬਿਜ਼ੀ ਚੱਲ ਰਿਹਾ ਆ ਕੀ ਆ ਲੇਟੈਸਟ ਜਿਹੜੇ ਐਸਾਈਲਮ ਤੇ ਇਮੀਗ੍ਰੇਸ਼ਨ ਕੋਰਸ ਪਾਜੀ ਸੈਨ ਫਰਾਂਸਿਸਕੋ ਐਸਾਈਲਮ ਕੋਰਟ ਨੇ ਹੁਣ ਨਵੀਂ ਫੜ ਲਈ ਆ ਉੱਥੇ ਵੀ ਸਰਕਾਰੀ ਵਕੀਲ ਆ ਗਏ ਆ ਤੇ ਦੋ ਚਾਰ ਕੇਸ ਜਿਹੜੇ ਸਾਡੇ ਹੈਗੇ ਪੀਡੀ ਜਿਹੜੀ ਜਦਾਂ ਲੈਵਲ ਦਿੰਦੇ ਹਨ ਇੱਥੇ ਵੀ ਹੁਣ ਉਹੀ ਇੱਕ ਦੋ ਜਿੱਦਾਂ ਲੇਜੀ ਵਕੀਲ ਹੈਗੇ ਆ ਨਹੀਂ ਤਿਆਰੀ ਕਰਕੇ ਆਂਦੇ ਆ ਤੇ ਖੜੇ ਪੈਰ ਆ ਕੇ ਇੱਕ ਪੀਡੀ 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 ਤੇ ਹੁਣ ਪੀਡੀ ਵਾਲਾ ਕੰਮ ਜਿਹੜਾ ਸੈਨ ਫਰਾਂਸ ਕੋ ਵੀ ਛੋਟੇ ਲੈਵਲ ਤੇ ਸ਼ੁਰੂ ਹੋਇਆ ਹੈ ਐਲ ਏ ਦਾ ਤੇ ਚਲੋ ਕਿਸਮਤੀ ਸਮਝੀਏ ਜਦੋਂ ਉਹ ਵੈਨਾਈਸ ਵਾਲੇ ਸੈਂਟੇਨ ਵਾਲੇ ਕਹਿਣ ਕਿ ਕੇਸ ਪੂਰਾ ਸੁਣਨਾ ਵਾ ਹੈ ਨਾ ਤੇ ਤਿਆਰੀ ਪੂਰੀ ਕਰਕੇ ਜਾਂਦੇ ਬਿਲਕੁਲ ਖੜੇ ਪੈਰ ਜਿਹੜਾ ਜਦੋਂ ਬੰਦਾ ਬੈੰਦਾ ਸੌਂਸ ਨੂੰ ਚੱਕ ਕੇ ਹੁੰਦਾ ਤੇ ਨਾਲੇ ਸਰਕਾਰੀ ਵਕੀਲ ਬੋਲ ਪੈ ਦਿੱ ਕਿ ਨਹੀਂ ਮੈਂ ਤਾਂ ਪੀੜੀ ਕਰਨੀ ਹੈ ਨਾ ਹੂੰ ਤੇ ਪੀੜੀ ਚੋਂ ਜਿਹੜੇ ਉਹਲੇ ਲੋਕੀ ਆ ਜਿਹੜੇ ਠੱਲੋਂ ਸਾਲਾਂ ਮ ਆਫਿਸ ਤੋਂ ਰੈਫਰ ਹੋ ਕੇ ਉੱਤੇ ਆਏ ਆ ਉਹਨਾਂ ਦੇ ਕੋਲ ਲੀਗਲ ਆਰਗੂਮੈਂਟ ਹੈਗੀ ਕਿ ਮੈਂ ਠੱਲੋਂ ਦੀ ਰਾਉਂਡ ਲਾ ਕੇ ਪਹਿਲਾਂ ਹੀ ਆਇਆ ਉਹਨੂੰ ਪੀੜੀ ਨਹੀਂ ਉਹ ਤੱਕੇ ਨਾ ਕਰ ਸਕਦੇ ਬਾਕੀ ਜਿਹੜੇ ਕੇਸ ਆ ਸਿੱਧੇ ਡਾਇਰੈਕਟ ਜਿਹੜੇ ਕੇਸ ਆ ਤੇ ਘਰ ਵਾਲੀ ਜਾਂ ਜਵਾਗ ਜਿਹਨਾਂ ਦੇ ਮਗਰ ਨਹੀਂ ਹੈਗੇ ਉਹਨਾਂ ਨੂੰ ਉਹ ਪੀੜੀ ਦੇ ਰਹੇ ਆ ਤੇ ਸਿਰਫ ਇਹ ਆ ਆਰਗੂਮੈਂਟ ਕਿ ਮੇਰੇ ਮਾਪੇ 올ਡ ਆ ਜਾਂ ਬਜ਼ੁਰਗ ਜਾਣ ਨੂੰ ਪ੍ਰੋਬਲਮ ਆ ਉਹਦੇ ਬੇਸ ਤੇ ਤੁਸੀਂ ਪੀਡੀ ਨਹੀਂ ਰੋਕ ਸਕਦੇ ਕਿਉਂਕਿ ਜੱਜ ਕਹਿੰਦਾ ਗੁੰਦੀਕ ਤੁਹਾਨੂੰ ਜੇ ਸਾਲਮ ਗ੍ਰਾਂਟ ਵੀ ਹੋ ਜਵੇ ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਲੈਣਾ ਫਿਰ 5 ਸਾਲ ਬਾਅਦ ਤੁਸੀਂ ਸਿਟੀਜ਼ਨ ਬੰਨਾ ਫਿਰ ਅਗਲੇ 2-3 ਸਾਲ ਤੁਹਾਨੂੰ ਘਰ ਦੇਆਂ ਨੂੰ ਬੁਲਾਉਣ ਨੂੰ ਲੱਗਣੇ ਆ ਇਹ 8-9 ਸਾਲ ਦਾ ਜਿਹੜਾ ਵਕਫਾ ਹੈਗਾ ਇਹਦੇ ਬੇਸ ਤੇ ਮੈਂ ਅੱਜ ਪੀਡੀ ਨਹੀਂ ਰੋਕ ਸਕਦਾ ਤੁਸੀਂ ਸਾਲਮ ਆਫਿਰ ਜਾਓ ਸੋ ਸੈਨ ਫਰਾਂਸਕੋ ਦੇ ਵਿੱਚ ਵੀ ਹੁਣ ਜਿਹੜਾ ਪੀਡੀ ਵਾਲਾ ਜਿਹੜਾ ਥੋੜਾ ਜਿਹਾ ਕੰਮ ਸ਼ੁਰੂ ਹੋਇਆ ਵਾ ਤੇ ਨਿਊਯਾਰਕ ਵਾਲੇ ਜਿਹੜੇ ਕੇਸ ਆ ਉਹ ਸਟੈਗਨੈਂਟ ਆ ਉੱਥੇ ਇੰਨੀਆਂ ਪੇਸ਼ੈਂਟ ਨਹੀਂ ਪੈ ਰਹੀਆਂ ਤੇ ਤਰੀਕਾ ਨਹੀਂ ਪੈ ਰੀਆਂ ਇੱਕ ਟੈਂਪ ਕੋਡ ਜਿਹੜਾ ਅੱਜ ਦੀ ਡੇਟ 'ਚ ਸੈਨ ਫਰਾਂਸਿਸਕੋ ਤੇ ਸੈਕਰਮੈਂਟੋ ਵੀ ਥੋੜਾ ਬਹੁਤਾ ਚੱਲ ਪਿਆ ਵਾ ਪਰ ਛੋਟਾ ਕੋਟ ਆ ਤੇ ਕੰਕ੍ਰੀਟ ਦਾ ਕੋਟ ਜਿਹੜਾ ਕਹਿੰਦੇ ਆ ਅਕਤੂਬਰ ਦੀ ਡੇਟ ਦੱਸਦੇ ਆ ਕਿ ਤਦ ਤੱਕ ਖੁੱਲੂਗਾ ਤੇ ਉਧਰ ਵਰਕ ਲੋਡ ਜਿਹੜਾ ਟਰਾਂਸਫਰ ਹੋਗਾ ਸੈਕਰਮੈਂਟੋ ਵਾਲਾ ਤੇ ਉਹਦੇ ਨਾਲ ਫਿਰ ਦੇਖਦੇ ਆਂ ਕਿ ਕੀ ਤੇਜ਼ੀ ਆਂਦੀ ਆ ਜੀ ਜੀ ਸੋ ਪਰ ਇਹ ਇੱਕ ਜਰੂਰ ਫਿਕਰਮੰਦੀ ਵਾਲੀ ਜਿਹੜੀ ਗੱਲ ਰਹਿੰਦੀ ਆ ਲੋਕਾਂ ਦੇ ਕਈ ਕਈ ਵਰੇ ਜਿਹੜੇ ਇਸ ਦੇ ਵਿੱਚ ਖਰਾਬ ਅ ਡੈਫੀਨਿਟਲੀ ਹੋ ਜਾਂਦੇ ਆ ਜਦੋਂ ਹੁਣ ਪੀਡੀਆਂ ਤੇ ਉਹ ਸਾਰਾ ਕੁਛ ਮਸਲਾ ਜਿਹੜਾ ਇਸ ਦੇ ਵਿੱਚ ਚੱਲਦਾ ਆ ਯੂਰੋਪੀਅਨ ਕੇਸਿਸ ਜਿਹੜੇ ਕੋਈ ਯੂਰਪ ਦੇ ਵਿੱਚੋਂ ਰਹਿ ਕੇ ਇੱਥੇ ਆਇਆ ਹੁੰਦਾ ਆ ਉਹ ਵੀ ਅਸਾਈਲਮ ਦੇ ਲਈ ਅਪਲਾਈ ਤਾਂ ਕਰਦੇ ਆ ਪਰ ਉਹ ਆਪਾਂ ਕਾਫੀ ਨਹੀਂ ਡਿਸਕਸ ਵੀ ਕੀਤਾ ਆ ਉਹਨਾਂ ਕੇਸਿਸ ਦੇ ਵਿੱਚ ਕੀ ਲੇਟੈਸਟ ਚੱਲ ਰਹੀ ਆ ਸਾਡਾ ਇੱਕ ਕੇਸ ਹੈਗਾ ਮਕੇਰੀਆ ਦਾ ਸੀਗਾ ਮੁੰਡਾ ਠੀਕ ਹੈ ਤੇ ਉਹ ਇਟਲੀ ਦਾ ਸੀਗਾ ਸੋਜੋਨੋ ਸੋਜੋਨੋ ਜੋ ਵੀ ਇਕੁਇਵਲੈਂਟ ਹੁੰਦਾ ਉਹ ਸੀ ਕੀ ਉਹ ਦੇਖੋ ਤੇ ਹਮੇਂ ਤੋਂ ਬਾਅਦ ਉਹ ਚਾਰ ਵਾਰੀ ਜਿਹੜਾ ਵਾਪਸ ਗਿਆ ਸੀਗਾ ਆਪਣੇ ਦੇਸ਼ ਦੇ ਵਿੱਚ ਚਾਰ ਵਾਰੀ ਜਾ ਕੇ ਜਿਹੜਾ ਆ ਉਹ ਮੁੱਦਾ ਦਾ ਉੱਠਿਆ ਯੂਰਪ ਦਾ ਸਜੁਰਨ ਵਾਲਾ ਮੁੱਦਾ ਜਿਹੜਾ ਉੱਠਿਆ ਉਹਦੀਆਂ ਤਿੰਨ ਹੀਰਿੰਗਾਂ ਪਈਆਂ ਜਿਹੜੀਆਂ ਤਿੰਨ ਹੀਰਿੰਗਾਂ ਹੁੰਦੀਆਂ ਹਮ ਹਮ ਅਲੱਗ-ਅਲੱਗ ਤੇ ਇਹ ਤੋਂ ਇਲਾਵਾ ਜਿਹੜਾ ਦਾ ਧਰਮ ਸੀਗਾ ਉਹ Hindu ਸੀਗਾ clean seven ਮੁੰਡਾ ਸੀਗਾ ਹਮ ਹਮ ਤੇ ਉਹਦਾ ਉਹਨੇ ਦੱਸਿਆ ਕਿ ਤੇਰੇ ਕੀ ਮੁੱਦੇ ਆ ਤੇਰੇ ਤਾਂ ਸਿਆਸੀ ਜਾਂ ਦੂਜੇ ਵਾਲੇ ਮੁੱਦੇ ਹੈ ਨਹੀਂਗੇ ਹਨਾ ਤੈਨੂੰ ਕੀ ਪ੍ਰੋਬਲਮ ਸੋ ਉੱਤਰ ਆਉਂਦਾ ਜਿਹੜਾ ਮੁੱਦਾ ਉਹਦਾ ਪੈ ਗਿਆ ਮਤਲਬ ਜਿਹੜੇ ਜਿਹੜੇ ਪੱਖੋਂ ਕੋ ਸਾਰੇ ਪੱਖੋਂ ਕੋ ਜਿਹੜਾ ਕੇਸ ਉਹਦਾ ਵੀਕ ਸੀਗਾ ਤੇ ਉਹਨੂੰ ਜੱਜ ਨੇ 3-4 ਮਹੀਨੇ ਲਾ ਕੇ ਹੋਲਡ ਕਰਕੇ ਜਿਹੜਾ ਸੀਗਾ ਫੇਰ ਫੈਸਲਾ ਦਿੱਤਾ ਇਹ ਮੇਰੇ ਖਿਆਲ ਦਸੰਬਰ ਜਨਵਰੀ ਚ ਆਪਾਂ ਤੋਂ ਕਿਹਾ ਵੀ ਸੀਗਾ ਕਿ ਇੱਕ ਬੜਾ ਤਕੜਾ ਆਪਣਾ ਕੇਸ ਦਾ ਫੈਸਲਾ ਜਿਹੜਾ ਉਹ ਆਣਾ ਹੈ ਤੇ ਜੱਜ ਨੇ ਹੋਲਡ ਤੇ ਬਾਤਾਂ ਸੀਗਾ ਕਹਿੰਦਾ ਸੋਚਣਾ ਪੈਣਾ ਤੇ ਯੂਰੋਪੀਅਨ ਕੇਸਸ ਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲ ਜਦੋਂ ਕਲਾਇੰਟ ਆਣੇ ਸ਼ੁਰੂ ਹੋਏ ਸੀਗੇ ਹਨਾ ਯੂਰਪ ਦੀ ਜਦੋਂ ਵੇਵ ਚੱਲੀ ਸੀਗੀ ਜੀ ਤੇ ਸਾਡੇ ਕੋਲ ਕਈ ਬੰਦੇ ਆਂਦੇ ਹੈ ਆਪਾਂ ਕਹਾਂ ਨਹੀਂ ਬਈ ਤੈਨੂੰ ਸੱਚ ਦੱਸਣਾ ਪੈਣਾ ਸਾਰਾ ਕੁਝ ਹੈ ਨਾ ਉਸ ਗੱਲ ਦੇ ਉੱਤੇ ਸਾਡੇ ਕੋਲ 70% ਜਿਹੜੇ ਕਲਾਇੰਟ ਹੋਣੇ ਮੁੜ ਗਏ ਸੀਗੇ ਵਾਪਸ ਕਿ ਨਹੀਂ ਆਹ ਵਾਲੇ ਵਕੀਲ ਨੂੰ ਹਾਇਰ ਨਹੀਂ ਕਰਨਾ ਇਹ ਤਾਂ ਸੱਚ ਦੱਸਣ ਨੂੰ ਕਹਿੰਦਾ ਵਾ ਹੂੰ 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 ਤੇ ਉਹਨੇ ਜਾ ਕੇ ਜਿਹੜਾ ਹੋਰ ਵਕੀਲ ਕਰ ਲਿਆ ਸੀਗਾ ਝੂਠ ਬੋਲਤਾ ਕਿ ਨਹੀਂ ਰਹੀ ਔਰ ਅਬ ਕਈ ਲੋਕਾਂ ਨੇ ਆਪਣੇ ਜਵਾਕਾਂ ਦੇ ਜਿਹੜੇ ਯੂਰਪ 'ਚ ਜੰਮੇ ਸੀਗੇ ਸਰਟੀਫਿਕੇਟ ਵੀ ਗਲਤ ਬਣਾਤੇ ਇੰਡੀਆ ਦੇ ਇਦਾਂ ਕਰ ਕਰ ਕੇ ਹੂੰ ਹੂੰ ਤੇ ਬਾਅਦ ਕਿਹਦਾ ਹੁੰਦਾ ਕਿ ਜਦੋਂ ਕੰਬਲ ਬੁੱਸੇ ਚ ਪੈਂਦਾ ਨਾਲ ਦਾ ਫਿਰ ਕਿਸੇ ਦਾ ਦੇਖਦੇ ਆ ਕਿ ਸਰਕਾਰੀ ਵਕੀਲ ਨੇ ਤਾਂ ਰਿਕਾਰਡ ਕੱਢ ਲਿਆ ਫਿਰ ਦੁਬਾਰਾ ਮੁੜ ਕੇ ਸਾਡੇ ਕੋ ਆਏ ਕਿ ਯਾਰ ਇਦਾਂ ਹੋ ਗਿਆ ਉਦਾਂ ਹੋ ਗਿਆ ਉਦੋਂ ਗੱਲ ਸੁਣ ਲੈਣੀ ਚਾਹੀਦੀ ਸੀ ਹੂੰ ਤੇ ਸਾਡਾ ਪਹਿਲੇ ਟਾਈਮ ਹੀ ਇਹ ਸੀ ਕਿ ਜੋ ਵੀ ਆ ਸੱਚ ਦੱਸਣਾ ਜੇ ਗ੍ਰੀਨ ਕਾਰਡ ਆ ਤਾਂ ਗ੍ਰੀਨ ਕਾਰਡ ਆ ਸਜੋਰਨੋ ਆ ਸਜੋਰਨੋ ਆ ਸਾਰਾ ਕੁਝ ਸਹੀ ਦੱਸਣਾ ਕਿਉਂਕਿ ਕਾਨੂੰਨ ਨੂੰ ਕਾਨੂੰਨ ਦੇ ਹਿਸਾਬ ਨਾਲ ਹੀ ਲੜਨਾ ਸੋ ਉਹਦੇ ਵਿੱਚ ਸੀਗੀ ਰੈਗੂਲੇਸ਼ਨ ਫਰਮ ਰੀਸੈਟਲਮੈਂਟ ਵਾਰਦੀ ਹੈ ਨਾ ਜੀ ਤੇ ਜ਼ਿਆਦਾਤਰ ਕੀ ਹੁੰਦਾ ਕਿ ਜਿਹੜੀ ਕਮਿਊਨਿਟੀ ਸੀ ਆਪਣੇ ਸ਼ੋਅ ਕਰਨ ਤੋਂ ਪਹਿਲਾਂ ਉਹਨਾਂ ਦਾ ਸਟੈਂਡਰਡ ਕਿੱਥੇ ਇੱਕ ਤੱਕ ਸੀਗਾ ਕਿ ਕਹਾਣੀਕਾਰ ਹਰੇਕ ਬੰਦਾ ਪ੍ਰਧਾਨ ਬਣਿਆ ਕਹਾਣੀਕਾਰਾਂ ਨੇ ਅੱਗੇ ਕਹਿ ਲਓ ਕਿ ਵਕੀਲ ਰੱਖੇ ਸੀਗੇ ਪੈਸੇ ਤੇ ਜਾਂ ਜਿੱਦਾਂ ਵੀ ਆ ਸਿਸਟਮ ਸਿਸਟਮ ਚੱਲਦਾ ਹੈਗਾ ਹਨਾ ਤੇ ਉਹਨਾਂ ਨੇ ਉਦਾਂ ਉਹਨਾਂ ਅਕ ਜਿਆ ਹੈਨਾ ਕੋਡ ਕੋਡ ਪਾ ਕੇ ਉਹ ਵੀ ਪ੍ਰਧਾਨ ਬਣੇ ਆ ਕਹਾਣੀਕਾਰ ਉਹਨਾਂ ਨੇ ਅੱਗੋਂ ਵਕੀਲ ਰੱਖੇ ਵਕੀਲ ਨੂੰ ਵੀ ਕੋਈ ਨਹੀਂ ਟੈਨਸ਼ਨ ਨਹੀਂ ਹੁੰਦੀ ਹੈਗੀ ਕੀ ਆ ਕਿਦਾਂ ਤੇ ਨਾ ਨੂ ਵਾਲਾ ਸਟੈਂਡਰਡ ਤੇ ਭੁੱਲ ਜਾਉਣਾ ਤੁਸੀਂ ਕਿ ਉਹ ਫਰਮ ਰੀਸੈਟਲਮੈਂਟ ਬਾਰ ਤੱਕ ਗੱਲ ਵੀ ਪਹੁੰਚੀ ਉਹ ਤੇ ਆਪ ਕਹਾਣੀਕਾਰ ਵਾਲੇ ਬੰਦੇ ਨੂੰ ਨਹੀਂ ਪਤਾ ਕਿ ਫਰਮ ਰੀਸੈਟਲਮੈਂਟ ਬਾਰ ਕੀ ਹੈਗਾ ਅੱਗੇ ਉਹ ਕੀ ਲੋਕ ਬੰਦੇ ਦੇ ਬਿਆਨ ਚ ਦਾ ਕੀ ਬੰਦੇ ਦੀ ਤਿਆਰੀ ਹੋ ਗਈ ਹੈ ਦੱਸੂਗਾ ਸੋ ਉਹਦੇ ਵਿੱਚ ਕੀ ਸੀਗਾ ਕਿ ਫਰਮ ਰੀਸੈਟਲਮੈਂਟ ਬਾਰ ਦੀ ਰੈਗੂਲੇਸ਼ਨ ਸੀਗੀ ਫਰਮ ਦੇ ਸੈਟਲਮੈਂਟ ਦੀ ਬਾਰ ਜਿਹੜੀ ਰੈਗੂਲੇਸ਼ਨ ਹੈ ਇੰਨੀ ਜ਼ਿਆਦਾ ਕੋਰਟ ਦੇ ਵਿੱਚ ਵੀ ਆਪਾਂ ਅੰਦਾਜ਼ਾ ਲਾਇਆ ਕਿ ਟੈਸਟਡ ਨਹੀਂ ਸੀਗੀ ਕਿਉਂਕਿ ਯੂਰਪ ਵਾਲੇ ਲੋਕੀ ਜਿਹੜੇ ਪੱਕੇ ਸੀਗੇ ਆਣੇ ਨਹੀਂ ਚਾਹੁੰਦੇ ਸੀ ਇੱਥੇ ਜਾਂ ਕਿੰਨੇ ਕ ਯੂਰਪੀਅਨਾਂ ਜਿਹੜ ਆਰਗੂਮੈਂਟ ਜਿਹੜੀ ਉਹ ਸੀਗੀ ਆਪਾਂ ਨੂੰ ਕੋਈ ਲੋਕ ਹੋਣ ਦੀ ਲੋੜ ਨਹੀਂ ਪਈ ਕਿ ਬੰਦਾ ਉੱਥੇ ਪੱਕਾ ਨਹੀਂ ਹੈਗਾ ਆਪਾਂ ਸਿੱਧੇ ਡੰਕੇ ਦੀ ਜ਼ਰੂਰਤ ਦੱਸਿਆ ਨੂੰ ਕਿ ਬੰਦਾ ਪੱਕਾ ਹੈਗਾ ਉੱਥੇ ਪਰ ਇੱਕ ਚੀਜ਼ ਹੁੰਦੀ ਆ ਬਰਡਨ ਆਫ ਪ੍ਰੂਫ ਬਰਡਨ ਆਫ ਪ੍ਰੂਫ ਕੀ ਹੈ ਕਿ ਕਿਹਦਾ ਕਿਹਦੀ ਜ਼ਿੰਮੇਵਾਰੀ ਕੀ ਹੈਗੀ ਆ ਕਿ ਮੇਰੀ ਜ਼ਿੰਮੇਵਾਰੀ ਕੀ ਆ ਕਲਾਇੰਟ ਦੀ ਜ਼ਿੰਮੇਵਾਰੀ ਕੀ ਆ ਸਰਕਾਰ ਦੀ ਜ਼ਿੰਮੇਵਾਰੀ ਕੀ ਹੈਗੀ ਆ ਤੇ ਆਪਾਂ ਉਹ ਚੀਜ਼ ਤੇ ਗੈਂਬਲ ਕੀਤਾ ਕਿ ਜਿਹੜੀ ਐਂਡ ਆਫ ਦਾ ਡੇ ਜਿਹੜੀ ਸਰਕਾਰ ਉਹਦੇ ਉੱਤੇ ਬਹੁਤ ਜ਼ਿਆਦਾ ਬਰਡਨ ਆ ਜਦੋਂ ਆਪਾਂ ਇੱਕ ਵਾਰੀ ਪ੍ਰੂਫ ਕਰਤਾ ਕਿ ਆ ਚੀਜ਼ਾਂ ਹੋ ਗਈਆਂ ਬੰਦਾ ਯੂਰਪ ਚ ਉਹਦੀ ਪੀਆਰ ਜਿਹੜੀ ਸੀਗੀ ਕਿਉਂ ਉਹਦੀ ਲਿਮਿਟਿਡ ਸੀਗੀ ਕੰਮ ਦੇ ਨਾਲ ਕਿਦਾਂ ਟਾਈਡ ਅਪ ਸੀਗੀ ਫੈਮਿਲੀ ਦੇ ਨਾਲ ਕਿਦਾਂ ਟਾਈਡ ਅਪ ਸੀਗੀ ਤੇ ਇਤੋਂ ਵੱਧ ਬੰਦਾ ਜਿਹੜਾ ਸੀਗਾ ਯੂਰਪ ਚ ਰਹਿ ਨਹੀਂ ਸਕਦਾ ਸੀਗਾ ਹਨਾ ਤੇ ਜਿਹੜਾ ਸਰਕਾਰ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਦੱਸਣੀ ਕਿ ਬੰਦਾ ਉੱਥੇ ਰਹਿ ਸਕਦਾ ਤੇ ਜਦੋਂ ਕੋਰਟ ਦੇ ਵਿੱਚ ਬਹਿਸ ਚੱਲਦੀ ਸੀ ਆਪਣੀ ਸੋ ਸਾਡਾ ਇਹ ਐਂਗਲ ਸੀਗਾ ਕਿ ਸਰਕਾਰ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਸੋ ਇਹ ਮੈਟਰ ਨਹੀਂ ਕਰਦਾ ਬੰਦਾ ਯੂਰਪ ਚ ਕੀ ਹੈਗਾ ਕਿੱਦਾਂ ਹੈਗਾ ਬਰਡਨ ਆਫ ਪ੍ਰੂਫ ਦਾ ਜਿਹੜਾ ਹੈਗਾ ਟੈਕਨੀਕੈਲਿਟੀ ਦੇ ਉੱਤੇ ਕਿ ਟੈਕਨੀਕੈਲਿਟੀ ਦੇ ਉੱਤੇ ਸਿਰਫ ਤੇ ਜਿੰਨੇ ਸਾਰੇ ਕੇਸ ਸੀਗੇ तकरीबन ਉਹ ਟੈਕਨੀਕਲਿਟੀ ਦੇ ਉੱਤੇ ਸਰਕਾਰ ਕਹੇ ਕਿ ਨਹੀਂ ਵੱਧੂ ਟਾਈਮ ਚਾਹੀਦਾ ਉਹਦੇ ਵਿੱਚ ਕਈ ਕੇਸਾਂ ਦੇ ਵਿੱਚ ਹੋਇਆ ਕਿ ਜੱਜ ਨੇ ਕਿਹਾ ਕਿ ਨਹੀਂ ਮੈਂ ਹੋਰ ਟਾਈਮ ਦੇਣਾ तकरीबन ਜਿਆਦਾ ਕੇਸ ਸੀਗੇ ਉਹਨੂੰ ਓਬਜੈਕਸ਼ਨ ਆਪਾਂ ਕੀਤੀ ਕਿ ਨਹੀਂ ਜੇ ਸਾਨੂੰ ਤੁਸੀਂ ਕਿਹਾ ਕਿ 15 ਦਿਨ ਪਹਿਲਾਂ ਮੋਸ਼ਨ ਟੂ ਲੇਟ ਫਾਈਲਿੰਗ ਹੈ ਸਰਕਾਰ ਕੋ ਪੂਰੇ 3 ਸਾਲ ਸੀਗੇ 6 ਸਾਲ ਸੀਗੇ ਅੱਜ ਆਪਾਂ ਰੈਡੀ ਆ ਅੱਜ ਦੇ ਹਿਸਾਬ ਨਾਲ ਹੁਣ ਐਵਿਡੈਂਸ ਇੱਥੇ ਲੌਕ ਇਨ ਹੋ ਗਿਆ ਅੱਜ ਜੋ ਜਮਾ ਹੈਗਾ ਉਹਦੇ ਹਿਸਾਬ ਨਹੀਂ ਆ ਤੇ ਸਰਕਾਰ ਨੇ ਜੇ ਜਮਾ ਕਰਨਾ ਹੁੰਦਾ ਉਹ ਕੋਈ ਪਹਿਲਾਂ ਟਾਈਮ ਸੀਗਾ ਤੇ ਜਿਹੜੀ ਸਰਕਾਰ ਹੁਣ ਟਾਈਮ ਮੰਗ ਰਹੀ ਆ ਕਿ ਹੁਣ ਤਰੀਕ ਦੇ ਵਿੱਚ ਇਹ ਚੀਜ਼ਾਂ ਮੁੱਦੇ ਉੱਠੇ ਤੇ ਸਰਕਾਰ ਨੂੰ ਇਹ ਹੋਰ ਟਾਈਮ ਨਹੀਂ ਦੇਣਾ ਚਾਹੀਦਾ ਬਾਇਲॉ ਹੈ ਨਾ ਤੇ ਜੱਜ ਕਈ ਵਾਰੀ ਐਗਰੀ ਕਰ ਜਾਂਦੇ ਹੀ ਕਈ ਵਾਰੀ ਜੱਜ ਤਾਂ ਇਹਦੇ ਕੇਸ 'ਚ ਹੋਇਆ ਕਿ ਨਹੀਂ ਚੱਲ ਤੈਨੂੰ ਦੂਜੀ ਤਰੀਕ ਤੀਜੀ ਤਰੀਕ ਦੇਤੀ ਸੋ ਉਹਦੇ ਵਿੱਚ ਵੀ ਕੀ ਹੈ ਕਿ ਐਂਡ ਆਫ ਦਾ ਡੇ ਹੈ ਕਿ ਸਰਕਾਰ ਨੇ ਜਾ ਕੇ ਇਟਲੀ ਨੂੰ ਕੰਟੈਕਟ ਕਰਕੇ ਇਨਫੋਰਮੇਸ਼ਨ ਸਾਰੀ ਲੈ ਕੇ ਕੀ ਬੰਦੇ ਦੀ ਐਪਲੀਕੇਸ਼ਨ ਸੀਗੀ ਕਿੱਦਾਂ ਸੀਗੀ ਹਨਾ ਉਹ ਜਮਾ ਕਰਾਣੀ ਹੁਣ ਸਾਡਾ ਇੱਕ ਕੇਸ ਹੈਗਾ ਉਹ ਲਟਕਿਆ ਪਿਆ ਬੜਾ ਜ਼ਿਆਦਾ ਉਹ 'ਚ ਡਾਕੂਮੈਂਟ ਡਾਕੂਮੈਂਟ ਮੰਗੀ ਜਾਂਦੇ ਐਪਲੀਕੇਸ਼ਨਾਂ ਦਿਓ ਬੰਦਾ ਕਹਿੰਦਾ ਮੇਰੇ ਮੈਨੂੰ ਮਿਲ ਨਹੀਂ ਸਕਦੀ ਹੈ ਨਾ ਮੇਰਾ ਕੋਈ ਕੰਟੈਕਟ ਨਹੀਂ ਹੈਗਾ ਤੇ ਜੱਜ ਨੇ ਦੋ ਵਾਰੀ ਉਹਦੀ ਤਰੀਕ ਮੁੰਡੇ ਦੇ ਅੱਗੇ ਪਾਤੀ ਮੁੱਕ ਦੀ ਗੱਲ ਉਹਦੀ ਇਹੀ ਆ ਕਿ ਜੇ ਬੰਦਾ ਕਹਿ ਰਿਹਾ ਕਿ ਮੇਰੇ ਕੋ ਆਹੀ ਟੂਲ ਆ ਆ ਮੇਰੇ ਕੋ ਡਾਕੂਮੈਂਟ ਆ ਆ ਮੈਂ ਐਪਲੀਕੇਸ਼ਨ ਭਰਦਾ ਸੀਗਾ ਫੈਮਿਲੀ ਮੈਂਬਰ ਮੇਰੇ ਚਲੇ ਗਏ ਇੱਧਰ ਉੱਧਰ ਹੋਰ ਮੇਰਾ ਕੋਈ ਉੱਥੇ ਕੰਟੈਕਟ ਹੈ ਨਹੀਂਗਾ ਇਟਾਲੀਅਨ ਬੋਲਦੇ ਆ ਤੇ ਹੁਣ ਉਹਨੇ ਫਾਈਨਲ ਤਰੀਕ ਪਾਈ ਆ ਬੰਦੇ ਦੀ ਕਿ ਤੂੰ ਭਾਈ ਸਰਕਾਰ ਨੂੰ ਵੀ ਟਾਈਮ ਦਿੱਤਾ ਕਿ ਤੂੰ ਆ ਚੀਜ਼ਾਂ ਲੈ ਕੇ ਆ ਸਾਨੂੰ ਵੀ ਦਿੱਤਾ ਚੀਜ਼ਾਂ ਲੈ ਕੇ ਅੱਗੋਂ ਆਪਾਂ ਜੱਜ ਨੂੰ ਕਿਹਾ ਕਿ ਭਾਈ ਜਿਹੜਾ ਸਾਡੇ ਕੋਲ ਸੀਗਾ ਆਪਾਂ ਤੁਹਾਨੂੰ ਦੇ ਚੁੱਕੇ ਤੈਨੂੰ ਇਹ ਹੈਗਾ ਕਿ ਟੈਕਨੀਕਲਿਟੀ ਕਿ ਬਰਡਨ ਆਫ ਪ੍ਰੂਫ ਤੇ ਤੁਸੀਂ ਹੜ ਕੇ ਜੱਜ ਮਰੇ ਕਿ ਭਾਈ ਤੂੰ ਇਹਦੇ ਉੱਤੇ ਫੈਸਲਾ ਕਰ ਜੇਰਾ ਤੂੰ ਗਲਤ ਫੈਸਲਾ ਕਰੋਗਾ ਬਰਡਨ ਆਫ ਪ੍ਰੂਫ ਸਟੈਂਡਰਡ ਉੱਤੇ ਫਿਰ ਆਪਾਂ ਬੀਏ ਤੇ ਜਾ ਕੇ ਉਹਨੂੰ ਅਪੀਲ ਕਰਾਂਗੇ ਕਿ ਇਹਨੇ ਜਿਹੜਾ ਸਟੈਂਡਰਡ ਸੀਗਾ ਮੀਟ ਨਹੀਂ ਕੀਤਾ ਸਰਕਾਰ ਦਾ ਸੋ ਜੱਜ ਵੀ ਉਹ ਚੀਜ਼ ਦੇ ਵਿੱਚ ਹੁਣ ਫਸਿਆ ਵਾ ਕਿ ਕਿਧਰਲੇ ਪਾਸੇ ਨੂੰ ਮੈਂ ਫੈਸਲਾ ਕਰਾਂ ਟੈਕਨੀਕਲੀ ਉਹਨੂੰ ਵੀ ਫੈਸਲਾ ਜਿਹੜਾ ਸਹੀ ਕਰਨਾ ਪੈਣਾ ਹਨਾ ਹੂੰ ਹੂੰ ਤੇ ਮੁੱਕ ਦੀ ਗੱਲ ਇਹਦੇ ਵਿੱਚ ਇਹ ਸੀਗੀ ਕਿ ਝੂਠ ਨਹੀਂ ਕਦੀ ਬੋਲਣਾ ਜਿੱਥੇ ਜਿੱਥੇ ਜਾ ਕੇ ਆਏ ਸਾਰਾ ਦੱਸਣਾ ਜਿੱਦਾਂ ਹੁਣ ਆਵਲਾ ਮੁੰਡਾ ਸੀਗਾ ਜਿਹੜੇ ਚਾਰ ਚਾਰ ਵਾਰੀ ਜਾ ਕੇ ਆਇਆ ਇਹਦੀ ਇਹਦੇ ਵਿੱਚ ਉਹ ਹੀ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੇਰੇ ਪਹਿਲਾਂ ਵਕੀਲ ਨੇ ਕਿਉਂ ਨਹੀਂ ਸਾਨੂੰ ਕਿਹਾ ਮੇਰਾ ਵਕੀਲ ਨੇ ਦੱਸਿਆ ਮੈਂ ਤਾਂ ਹੀ ਵਕੀਲ ਬਦਲਿਆ ਕਿਉਂਕਿ ਮੈਨੂੰ ਸਹੀ ਤਰ੍ਹਾਂ ਮੇਰੀ ਗੱਲ ਨਹੀਂ ਸੁਣਦਾ ਸੀ ਮੈਨੂੰ ਦੱਸਿਆ ਉਹਨੇ ਲਿਖਿਆ ਨਹੀਂ ਮੈਂ ਇਹਦੇ ਕੋਲ ਗਿਆ ਗਿਰਿਆਣੇ ਦੇ ਕੋਲ ਗਿਆ ਇਹਨੇ ਮੈਨੂੰ ਕਿਹਾ ਸਾਰਾ ਸੱਚ-ਸੱਚ ਦੱਸ ਮੈਂ ਸਾਰਾ ਕੁਝ ਸੱਚ-ਸੱਚ ਲਿਖਿਆ ਤਾਂ ਕਰਕੇ ਮੈਂ ਵਕੀਲ ਬਦਲਿਆ ਮੇਰੀ ਸਿਚੁਏਸ਼ਨ ਤੇ ਹੁਣ ਜਦੋਂ ਬੰਦੇ ਨੇ ਆਪ ਜਾ ਕੇ ਡਿਸਕਲੋਜ਼ਰ ਕੀਤਾ ਤੇ ਬੰਦਾ ਆਪ ਕਹਿ ਰਿਹਾ ਕਿ ਬਾਈ ਮੈਂ ਕਰੀ ਨਾ ਮੈਂ ਬਾਰਡਰ ਤੇ ਝੂਠ ਬੋਲਿਆ ਨਾ ਮੇਰੇ ਕੋ ਜਿੰਨਾ ਮ ਤੇ ਜਿੰਨਾ ਮੇਰੇ ਕੋਲ ਜੱਜ ਸਾਹਿਬ ਨੇ ਅੱਜ ਕਿਹਾ ਕਿ ਮੇਰੀ ਜਮੀਰ ਨਹੀਂ ਮੰਨਦੀ ਕਿ ਮੈਂ ਜੱਜ ਮੋਰੇ ਆ ਕੇ ਝੂਠ ਬੋਲਾਂ ਤੇ ਫਿਰ ਗੱਲ ਉੱਥੇ ਆ ਗਈ ਜਿਹੜੇ ਜਦੋਂ ਜੱਜ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਸਾਰਾ ਕੁਝ ਤੁਸੀਂ ਸਹੀ ਸਹੀ ਦੱਸਦੇ ਆ ਟੈਕਨੀਕਲਿਟੀ ਤੇ ਤੁਹਾਡਾ ਕੇਸ ਆ ਜਾਂਦਾ ਕਿ ਅਪਰੂਵ ਕਰਨਾ ਕਿ ਨਹੀਂ ਕਰਨਾ ਤੇ ਸਾਡੇ ਜਿਹੜੇ ਯੂਰਪੀਅਨ ਦੇ ਸੀਗੇ ਹੁਣ ਤੱਕ ਸਾਰੇ ਜਿਹੜੇ ਕੇਸ ਆ ਉਹ ਅਪਰੂਵ ਤੇ ਇਹ ਜਿਹੜਾ ਕੇਸ ਹੈਗਾ ਫਾਰਮ ਰੀਸੈਟਲਮੈਂਟ ਬਾਰ ਉਹਦੀ ਰੈਗੂਲੇਸ਼ਨ ਦੇ ਬੇਸ ਤੇ ਇਹ ਜਿਹੜੇ ਕੇਸ ਜਿੱਤੇ ਜਾ ਸਕਦੇ ਆ ਤੇ ਤੁਹਾਨੂੰ ਕਿਸੇ ਨੂੰ ਵੀ ਇਹਦੇ ਵਿੱਚ ਝੂਠ ਬੋਲਣ ਦੀ ਲੋੜ ਨਹੀਂ ਤੇ ਜਿਹੜੇ ਵੀ ਉਹ ਵਾਲੇ ਲੋਕੀ ਸੀਗੇ ਜਿਹਨਾਂ ਉਹ ਹੁਣ ਦੁਬਾਰਾ ਵੀ ਕਈ ਸਾਡੇ ਕੋਲ ਵਾਪਸ ਆਏ ਆ ਤੇ ਹੁਣ ਇਹੀ ਆ ਕਿ ਝੂਠ ਬੋਲ ਚੁੱਕੇ ਆ ਉਹਨਾਂ ਦਾ ਕੇਸ ਨਹੀਂ ਪਾਸ ਹੋਣੇ ਜਿਨ੍ਹਾਂ ਨੇ ਆਲਰੇਡੀ ਹੁਣ ਜਦੋਂ ਝੂਠ ਬੋਲਤਾ ਡੈਕਲੇਸ਼ਨ ਵਗੈਰਾ ਸਬਮਿਟ ਕਰਤੀ ਆ ਸੋ ਸਾਰਿਆਂ ਨੂੰ ਇਹ ਆ ਕਿ ਜਿਹੜੀ ਆਪਣੀ ਫੈਕਟਸ ਆ ਜਿਹੜਾ ਤੁਹਾਡੇ ਫਲਾਈਟ ਪੈਟਰਨ ਆ ਜਾਂ ਅੱਜ ਕਿੱਥੋਂ ਗਏ ਸੀਗੇ ਕਿਵੇਂ ਗਏ ਸੀਗੇ ਤੁਹਾਡੀ ਜਿਹੜੀ ਟਾਈਮ ਲਾਈਨ ਆ ਕਦੋਂ ਗ੍ਰੈਜੂਏਟ ਹੋਏ ਕਦੋਂ ਸਕੂਲ ਪਾਸ ਕੀਤਾ ਇੰਡੀਆ ਕਦੋਂ ਛੱਡਿਆ ਕਿਹੜੀ ਕੰਟਰੀ ਚ ਕਦੋਂ ਗਏ ਉਹ ਚੀਜ਼ਾਂ ਤੇ ਕਦੀ ਵੀ ਤੁਸੀਂ ਇਹ ਨਹੀਂ ਸੋਚਣਾ ਕਿ ਪਈ ਸਰਕਾਰ ਨੂੰ ਪਤਾ ਨਹੀਂ ਲੱਗਣਾ ਤਾਂ ਕਰਕੇ ਮੈਂ ਝੂਠ ਬੋਲ ਦਾਂ ਤੁਸੀਂ ਆਪਣੇ ਵੱਲੋਂ ਸਾਰਾ ਜਿਹੜਾ ਹਮੇਸ਼ਾ ਸਹੀ ਸਹੀ ਦੱਸਣਾ ਤੇ ਜਿਹੜਾ ਕੇਸ ਆ ਉਹਦਾ ਫੈਸਲਾ ਤੁਹਾਡੀ ਟੈਕਨੀਕਲਿਟੀ ਦੇ ਬੇਸ ਤੇ ਜਿਹੜਾ ਹੁਣ ਹਮ ਜੀ ਜੀ ਬਿਲਕੁਲ ਸੋ ਬਹੁਤ ਵਧੀਆ ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ ਤੇ ਫਿਰ ਦੱਸਦੇ ਜਾਈਏ ਮਾਫੀ ਚਾਹੁੰਦੇ ਆ ਵੀ ਅੱਜ ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ ਆ ਮਮੋਰੀਅਲ ਡੇ ਵੀਕਐਂਡ ਦੇ ਉੱਤੇ ਹਰ ਇੱਕ ਤੇ ਆਪੋ ਆਪਣੇ ਜਿਹੜੇ ਪ੍ਰੋਗਰਾਮ ਆ ਸੋ ਅਟਰਨਿਟੇਟ ਕਿਹਾਣਾ ਹੋਣਾ ਨੇ ਵੀ ਜਿਹੜਾ ਉਹ ਨਿਕਲਣਾ ਆ ਸੋ ਅਟਰਨਿਟੇਟ ਕਿਹਾਣਾ ਜੀ ਥੈਂਕ ਯੂ ਬੜੀ ਮਿਹਰਬਾਨੀ ਮਿਲਦੇ ਆ ਜੀ ਨੈਕਸਟ ਟਾਈਮ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ